ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ ਯੂਟਿਊਬ ਚੈਨਲ ਰੇਸ ਕੋਰਸ ਅਕੈਡਮੀ 'ਤੇ, ਅਤੇ ਮੈਂ ਆਰਵੀ, ਅਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਰੇਸ਼ੋ ਐਂਡ ਪ੍ਰਪੋਰਸ਼ਨ ਦਾ ਪਾਰਟ ਨੰਬਰ 3। ਠੀਕ ਹੈ, ਇਸ ਤੋਂ ਪਹਿਲਾਂ ਆਪਾਂ ਪਾਰਟ ਨੰਬਰ 1 ਅਤੇ ਪਾਰਟ ਨੰਬਰ 2 ਉਹ ਵੀ ਅਪਲੋਡ ਕੀਤਾ ਸੀ। ਠੀਕ ਹੈ, ਉਮੀਦ ਹੈ ਕਿ ਤੁਸੀਂ ਸਾਰਿਆਂ ਨੇ ਉਹ ਦੇਖ ਲਿਆ ਹੋਊਗਾ, ਕਿਉਂਕਿ ਆਪਾਂ ਜਿਹੜਾ ਕੁਸ਼ਚਨਸ ਦਾ ਲੈਵਲ ਹੈ ਨਾ, ਉਹ ਬਿਲਕੁਲ ਮਤਲਬ ਸਿੰਪਲ ਤੋਂ ਬੇਸਿਕਸ ਤੋਂ ਆਪਾਂ ਮਤਲਬ ਹਾਈ ਲੈਵਲ ਵੱਲ ਜਾ ਰਹੇ ਹਾਂ, ਤਾਂ ਫਿਰ ਉਹ ਪਾਰਟ ਨੰਬਰ 1 ਅਤੇ 2 ਦੇਖਣਾ ਜ਼ਰੂਰੀ ਹੈ, ਤਾਂ ਹੀ ਤੁਹਾਨੂੰ ਮਤਲਬ ਕਿ 3 ਪਾਰਟ ਦਾ ਮਤਲਬ ਜੋ ਹੈ ਕਨਸੈਪਟ ਆ ਉਹ ਸਮਝ ਆ ਜਾਣਗੇ। ਠੀਕ ਹੈ, ਜਿਨ੍ਹਾਂ ਨੂੰ ਮਤਲਬ ਏ ਬੀ ਸੀ ਵੀ ਨਹੀਂ ਪਤਾ ਰੇਸ਼ੋ ਐਂਡ ਪ੍ਰਪੋਰਸ਼ਨ ਦੀ, ਉਹ ਵੀ ਪਾਰਟ ਨੰਬਰ 1 ਤੋਂ ਹੀ ਸਟਾਰਟ ਕਰਿਓ, ਤਾਂ ਕਿ ਤੁਹਾਨੂੰ ਮਤਲਬ ਕਿ ਰੇਸ਼ੋ ਚੈਪਟਰ ਖਤਮ ਹੁੰਦਿਆਂ ਹੁੰਦਿਆਂ ਸਾਰੇ ਪਾਰਟਸ ਦੇਖਦਿਆਂ ਦੇਖਦਿਆਂ ਰੇਸ਼ੋ 'ਤੇ ਪੂਰੀ ਮਤਲਬ ਪਕੜ ਬਣ ਜਾਏ, ਤਾਂ ਕਿ ਐਗਜ਼ਾਮ ਦੇ ਵਿੱਚ ਕੋਈ ਵੀ ਕੁਸ਼ਚਨ ਆਵੇ ਕਿਸੇ ਵੀ ਕਨਸੈਪਟ ਦਾ, ਤਾਂ ਤੁਸੀਂ ਉਹ ਕੁਸ਼ਚਨ ਉੱਥੇ ਬਣਾ ਸਕੋ। ਠੀਕ ਹੈ, ਤਾਂ ਆਪਾਂ ਕੋਸ਼ਿਸ਼ ਇਹੀ ਕੀਤੀ ਹੈ ਕਿ ਜੇ ਕੋਈ ਕੁਸ਼ਚਨ ਦੇ ਵਿੱਚ ਮਾਈਨਰ ਜਿਹਾ ਵੀ ਚੇਂਜ ਹੁੰਦਾ ਹੈ, ਤਾਂ ਮਤਲਬ ਕਨਸੈਪਟ ਕਿਵੇਂ ਸੇਮ ਹੀ ਆਪਣੇ ਕੰਮ ਆ ਜਾਊਗਾ। ਵੀ ਪਹਿਲਾਂ ਵਾਲਾ ਜੇ ਕਈ ਵਾਰ ਹੁੰਦਾ ਕਿ ਕੁਸ਼ਚਨ ਵਿੱਚ ਮਾਈਨਰ ਜਿਹਾ ਕੋਈ ਚੇਂਜ ਹੁੰਦਾ, ਤਾਂ ਆਪਾਂ ਨੂੰ ਹੁੰਦਾ ਵੀ ਆਪਾਂ ਨੂੰ ਲੱਗਦਾ ਕਿਤੇ ਕਨਸੈਪਟ ਹੀ ਚੇਂਜ ਹੋ ਗਿਆ। ਠੀਕ ਹੈ, ਅਤੇ ਆਪਾਂ ਮਤਲਬ ਪੂਰੀ ਕੋਸ਼ਿਸ਼ ਕੀਤੀ ਹੈ ਕਿ ਹਰ ਟਾਈਪ ਦਾ, ਹਰ ਤਰ੍ਹਾਂ ਦਾ ਜੋ ਵੀ ਕੁਸ਼ਚਨ ਹੈ ਉਹ ਤੁਹਾਡੇ ਸਾਹਮਣੇ ਮਤਲਬ ਤੁਹਾਨੂੰ ਕਰਵਾਈਏ ਆਪਾਂ, ਤਾਂ ਕਿ ਪੇਪਰ ਪਾਰਟ ਹੋਵੇ ਉੱਥੇ ਤੁਹਾਡਾ ਕੋਈ ਵੀ ਕਨਸੈਪਟ ਨਾ ਬਚੇ। ਠੀਕ ਹੈ, ਅੱਜ ਆਪਾਂ ਸਟਾਰਟ ਕਰਨ ਲੱਗੇ ਹਾਂ ਪਾਰਟ ਨੰਬਰ 3, ਅਤੇ ਉਹਦਾ ਫਸਟ ਕੁਸ਼ਚਨ ਹੈਗਾ, ਦਾ ਰੇਸ਼ੋ ਆਫ ਟੂ ਨੰਬਰਸ ਇਜ਼ 2:3, ਇਫ ਈਚ ਨੰਬਰ ਇਜ਼ ਡਿਕਰੀਜ਼ਡ ਬਾਏ 3, ਦਾ ਰੇਸ਼ੋ ਬਿਕਮਸ 3:5। ਇਹਦੇ ਨਾਲ ਦਾ ਆਪਾਂ ਵੈਸੇ ਪਹਿਲਾਂ ਕਰ ਚੁੱਕੇ ਹਾਂ, ਬਸ ਥੋੜ੍ਹਾ ਜਿਹਾ ਚੇਂਜ ਹੈ ਉਸ ਕੁਸ਼ਚਨ 'ਤੇ, ਇਹਦੇ ਕੁਸ਼ਚਨ 'ਚ। ਠੀਕ ਹੈ, ਇਹ ਵਾਲੇ ਕੁਸ਼ਚਨ 'ਚ, ਠੀਕ ਹੈ, ਆਪਾਂ ਲਿਖ ਲਿਆ ਏ ਰੇਸ਼ੋ ਬੀ, ਦੋ ਨੰਬਰਾਂ ਨੂੰ ਆਪਾਂ ਮੰਨ ਲਿਆ ਵੀ ਏ ਅਤੇ ਬੀ ਹੈ। ਪਹਿਲਾਂ ਉਹਨਾਂ ਦੀ ਰੇਸ਼ੋ ਕਿੰਨੀ ਸੀ? 2:3, ਬਾਅਦ ਵਿੱਚ ਕਿੰਨੀ ਸੀਗੀ? 3:5। ਪਹਿਲਾਂ ਰੇਸ਼ੋ ਹੀ ਲਿਖ ਲਈ ਆਪਾਂ, ਤਾਂ ਇਹ ਰੇਸ਼ੋ ਕਦੋਂ ਬਦਲੀ ਹੈ? ਜਦੋਂ ਦੋਨਾਂ ਨੰਬਰਾਂ ਦੇ ਵਿੱਚੋਂ ਆਪਾਂ 3:3 ਮਾਈਨਸ ਕਰਤਾ, ਤਾਂ ਹੁਣ ਆਪਾਂ ਕੀ ਕਰਨਾ? ਪਿਛਲੇ ਪਾਰਟ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਉੱਥੇ ਕੀ ਹੁੰਦਾ ਸੀ, ਇੱਥੇ ਐਡ ਕਰਦਾ ਸੀ, ਇੱਥੇ ਕੀ ਸਬਟ੍ਰੈਕਟ ਕਰਦਾ, ਮਾਈਨਸ ਕਰਦਾ, ਪਰ ਕਨਸੈਪਟ ਸੇਮ ਹੀ ਰਹੂਗਾ, ਕ੍ਰੋਸ ਪ੍ਰੋਡਕਟ ਮੈਥਡ। ਪਹਿਲਾਂ ਰੇਸ਼ੋ ਦਾ ਕ੍ਰੋਸ ਪ੍ਰੋਡਕਟ ਕਰ ਦਿਓ, 5 × 2 10:3, 3 × 3 9:3, ਤਾਂ ਰੇਸ਼ੋ ਦਾ ਡਿਫਰੈਂਸ ਕਿੰਨੇ ਦਾ ਆ ਗਿਆ? 1 ਦਾ। ਫਿਰ ਇਹਨੂੰ ਕ੍ਰੋਸ ਮਲਟੀਪਲਾਈ ਕਰ ਦਿਓ, 3 × 3 9, 5 × 3 15, ਤਾਂ ਨੰਬਰ ਦਾ ਕਿੰਨੇ ਦਾ ਫਰਕ ਆ ਗਿਆ? 6 ਦਾ। ਤਾਂ ਇੱਕ ਰੇਸ਼ੋ ਦੀ ਵੈਲਿਊ, ਮਤਲਬ ਆਹ ਵਾਲਾ ਰੇਸ਼ੋ ਆਪਾਂ, ਇੱਕ ਰੇਸ਼ੋ ਦੀ ਵੈਲਿਊ ਕਿੰਨੀ ਹੈ? ਇਹ ਨੰਬਰ ਹੈ 6। ਜੇ ਇੱਕ ਰੇਸ਼ੋ ਦੀ ਵੈਲਿਊ 6 ਹੈ, ਤਾਂ ਆਪਣੇ ਨੰਬਰ ਕਿਹੜੇ ਸੀਗੇ? 2:3, ਤਾਂ ਏ ਦੀ ਵੈਲਿਊ ਕਿੰਨੀ ਆ ਗਈ ਫਿਰ? 2 × 6, ਤਾਂ ਬੀ ਦੀ ਵੈਲਿਊ ਕਿੰਨੀ ਆ ਗਈ? 3 × 6, ਮਤਲਬ 12 ਅਤੇ 18, ਜੋ ਕਿ ਇੱਥੇ ਆਪਣਾ ਬੀ ਨੰਬਰ ਆਪਸ਼ਨ ਹੈ। ਠੀਕ ਹੈ, ਇਹ ਬੜਾ ਸਿੰਪਲ ਸੀ, ਪਹਿਲਾਂ ਵੀ ਆਪਾਂ ਪਿਛਲੇ ਪਾਰਟ 'ਚ ਕਰ ਲਿਆ ਸੀ, ਪਰ ਉਹਦੇ 'ਚ ਕੀ ਸੀਗਾ? ਐਡ ਕਰਦਾ ਸੀ, ਬਸ ਇਹ 'ਚ ਕੀ ਹੈ? ਸਬਟ੍ਰੈਕਟ ਕਰਦਾ। ਕਨਸੈਪਟ ਸੇਮ ਸੀਗਾ, ਬਸ ਥੋੜ੍ਹਾ ਜਿਹਾ ਇਹਦਾ ਚੇਂਜ ਸੀ ਸਟੇਟਮੈਂਟ। ਨੈਕਸਟ ਕੁਸ਼ਚਨ ਆ ਗਿਆ, ਅ ਸਮ ਆਫ 36.90, ਮਤਲਬ 36.90 ਰੁਪਏ, ਜੋ ਕਿਹਦੇ ਤੋਂ ਬਣਿਆ? 180 ਸਿੱਕਿਆਂ ਤੋਂ, ਅਤੇ ਵਿੱਚੋਂ ਕਹਿੰਦਾ ਕੁਛ 10 ਪੈਸੇ ਦੇ ਸਿੱਕੇ ਹੈ, ਕੁਛ 25 ਪੈਸੇ ਦੇ ਸਿੱਕੇ ਹੈ, ਪਰ ਉਹਨਾਂ ਨੇ ਪੁੱਛਿਆ ਕਿ ਆਪਾਂ ਨੂੰ ਕਹਿੰਦਾ 10 ਪੈਸੇ ਵਾਲੇ ਸਿੱਕੇ ਦੱਸੋ ਕਿੰਨੇ। ਠੀਕ ਹੈ, ਬਾਕੀ ਇਹ ਹੁਣ ਕੁਸ਼ਚਨ ਕਿਵੇਂ ਹੋਊਗਾ? ਐਲੀਗੇਸ਼ਨ ਮੈਥਡ ਨਾਲ ਕਰਾਂਗੇ ਇਹਨੂੰ ਆਪਾਂ। ਠੀਕ ਹੈ, ਜਿਵੇਂ ਹੁਣ ਇੱਥੇ ਲਿਖਿਆ ਹੋਇਆ ਕਿ 36 ਰੁਪਏ ਅਤੇ 90 ਪੈਸੇ, ਤਾਂ ਇਹਨੂੰ ਆਪਾਂ ਜੇ ਪੈਸਿਆਂ 'ਚ ਕਨਵਰਟ ਕਰੀਏ ਤਾਂ ਇਹ ਕਿੰਨਾ ਬਣੂਗਾ? 3690 ਪੈਸੇ। ਉਮੀਦ ਹੈ ਤੁਹਾਨੂੰ ਪਤਾ ਹੋਊਗਾ ਮੈਂ ਮਤਲਬ ਵਿੱਚੋਂ ਪੁਆਇੰਟ ਕਿਉਂ ਹਟਾਇਆ, ਬਾਕੀ ਫਿਰ ਵੀ ਇੱਥੇ ਲਿਖ ਵੀ ਦਿੰਦਾ ਵੀ 36 ਰੁਪਏ 90 ਪੈਸੇ ਹੈ, ਤਾਂ 1 ਰੁਪਏ 'ਚ ਕਿੰਨੇ ਪੈਸੇ ਹੁੰਦੇ ਆ? 100, ਤਾਂ ਫਿਰ ਇਹਦਾ ਪੁਆਇੰਟ ਹਟ ਕੇ ਵੀ ਕੀ ਲੱਗੂਗਾ? ਉਹ 100,
ਤਾਂ ਇਹ ਕੱਟੇ ਜਾਣਗੇ, ਤਾਂ ਆਪਣੇ ਕੋਲ ਪੈਸੇ ਕਿੰਨੇ ਹੈਗੇ 3690, ਅਤੇ ਸਿੱਕੇ ਕਿੰਨੇ ਹੈ 180, ਟੋਟਲ ਬੈਗ ਦੇ ਵਿੱਚ ਹੈਗੇ 180। ਕੁਛ ਉਹ ਕਹਿੰਦਾ 10 ਪੈਸੇ ਵਾਲੇ ਹੈ ਅਤੇ ਕੁਛ ਹੈਗੇ 25 ਪੈਸੇ ਵਾਲੇ। ਆਪਾਂ ਕੀ ਕਰਦੇ ਹਾਂ, ਆਪਾਂ ਮੰਨਦੇ ਹਾਂ ਇੱਕ ਵਾਰ ਜਿਹੜੇ ਸਾਰੇ ਦੇ ਸਾਰੇ ਸਿੱਕੇ ਜੇ 10 ਪੈਸੇ ਦੇ ਹੈ, 180 ਦੇ 180, ਤਾਂ ਬੈਗ ਵਿੱਚ ਕਿੰਨੇ ਪੈਸੇ ਹੋਣੇ ਚਾਹੀਦੇ ਆ, 1800 ਪੈਸਾ। ਪਰ ਜੇ ਆਪਾਂ ਮੰਨੀਏ ਕਿ ਸਾਰੇ ਦੇ ਸਾਰੇ ਸਿੱਕੇ 25 ਪੈਸੇ ਵਾਲੇ ਹੋਣ, ਤਾਂ ਫਿਰ ਬੈਗ ਵਿੱਚ ਕਿੰਨਾ ਹੋਣਾ ਚਾਹੀਦਾ, 18, 25 × 18 450 450 ਪੈਸਾ। ਠੀਕ ਹੈ, ਹੁਣ ਆਪਾਂ ਐਲੀਗੇਸ਼ਨ ਲਾ ਦਿਆਂਗੇ ਕਿ ਇੱਕ ਵਾਰ ਤਾਂ ਆਪਾਂ ਲੈਂਦੇ ਬੈਗ ਵਿੱਚ ਸਾਰੇ 10 ਪੈਸੇ ਦੇ ਸਿੱਕੇ ਹੁੰਦੇ, ਤਾਂ ਫਿਰ ਕਿੰਨਾ ਹੋਣਾ ਸੀ, 1800 ਪੈਸਾ। ਜੇ ਸਾਰੇ ਦੇ ਸਾਰੇ 25 ਪੈਸੇ ਦੇ ਸਿੱਕੇ ਹੁੰਦੇ, ਤਾਂ ਬੈਗ ਵਿੱਚ ਕਿੰਨਾ ਹੋਣਾ ਸੀ, 4500 ਪੈਸਾ। ਪਰ ਐਕਚੁਅਲ 'ਚ ਕਿੰਨਾ ਹੈ, 3690। ਠੀਕ ਹੈ, ਹੁਣ ਆਪਾਂ ਇਹਨੂੰ ਕ੍ਰੋਸ ਮਾਈਨਸ ਕਰ ਦਾਂਗੇ। ਬਾਕੀ ਨਾ ਐਲੀਗੇਸ਼ਨ ਦਾ ਪੂਰਾ ਪੂਰਾ ਇੱਕ ਚੈਪਟਰ ਵੀ ਆਊਗਾ, ਉਹਦੇ 'ਚ ਤੁਹਾਨੂੰ ਕਲੈਰਿਟੀ ਹੋ ਜੂਗੀ। ਜਿਨ੍ਹਾਂ ਨੂੰ ਨਹੀਂ ਪਤਾ ਐਲੀਗੇਸ਼ਨ ਬਾਰੇ, ਐਲੀਗੇਸ਼ਨ ਮੈਥਡ ਹੁੰਦਾ ਕੀ ਹੈ, ਬੇਸਿਕਲੀ ਐਵਰੇਜ ਦਾ ਮੈਥਡ ਹੀ ਹੈ। ਤਾਂ ਇਹਦੇ ਵਿੱਚ ਕੀ ਹੁੰਦਾ, ਜਿਹੜੀ ਮਿਡ ਵੈਲਿਊ ਹੁੰਦੀ ਹੈ ਇੱਥੇ, ਉਹ ਇੱਕ ਤੋਂ ਵੱਡੀ ਹੋਊਗੀ, ਇੱਕ ਤੋਂ ਛੋਟੀ। ਤਾਂ ਇੱਥੇ ਐਵੇਂ ਨਹੀਂ ਕਿ ਵੀ ਮੰਨ ਲਓ ਤੁਹਾਨੂੰ ਕੁਐਸਚਨ ਦੇਖ ਕੇ ਪਤਾ ਲੱਗ ਜਾਵੇ ਵੀ ਐਲੀਗੇਸ਼ਨ ਮੈਥਡ ਲੱਗਣਾ ਹੈ, ਪਰ ਤੁਹਾਨੂੰ ਆਹ ਜਿਹੜੀਆਂ ਵੈਲਿਊਜ਼ ਹੈ ਇਹ ਅਰੇਂਜ ਕਰਨੀਆਂ ਨਾ ਆਉਣ। ਤਾਂ ਇਹਦੇ ਵਿੱਚ ਇੱਕ ਸਿੰਪਲ ਬੇਸਿਕ ਜੀ ਗੱਲ ਸਮਝ ਲਓ ਕਿ ਜਿਹੜੀ ਮਿਡ ਵੈਲਿਊ ਆਊਗੀ ਸੈਂਟਰ 'ਚ, ਉਹ ਇੱਕ ਤੋਂ ਵੱਡੀ ਹੋਊਗੀ, ਇੱਕ ਤੋਂ ਛੋਟੀ ਹੋਊਗੀ। ਇੱਥੇ 1800 ਨਹੀਂ ਲਿਖ ਸਕਦੇ ਸੀ ਆਪਾਂ, ਇੱਥੇ 4500 ਨਹੀਂ ਲਿਖ ਸਕਦੇ ਸੀ, ਕਿਉਂਕਿ 1800 ਦੋਨਾਂ ਤੋਂ ਛੋਟਾ ਹੋ ਜਾਂਦਾ, 4500 ਦੋਨਾਂ ਤੋਂ ਵੱਡਾ। ਤਾਂ ਫਿਰ ਆਪਾਂ ਜਿਹੜੀ ਕੰਬਾਈਂਡ ਵੈਲਿਊ ਹੈ 3690, ਉਹ ਲਿਖ ਲਈ। ਹੁਣ ਇਹਨੂੰ ਕ੍ਰੋਸ ਮਾਈਨਸ ਕਰਨਾ ਹੈ, 4500 ਦੇ ਵਿੱਚੋਂ ਆਪਾਂ 3690 ਘਟਾ ਦੇਣੀ ਹੈ, ਤਾਂ ਇਹ ਕਿੰਨੇ ਆ ਜਾਣਗੇ, 810। ਅਤੇ 3690 'ਚੋਂ ਆਪਾਂ 1800 ਘਟਾ ਦੇਣਾ ਹੈ, ਵੱਡੇ ਨੰਬਰ 'ਚੋਂ ਛੋਟਾ ਨੰਬਰ ਘਟਾਉਣਾ ਬਸ, ਕ੍ਰੋਸ ਮਾਈਨਸ ਕਰਕੇ। ਹੁਣ ਜੇ ਅੱਗੇ ਕੱਟੇ ਜਾਂਦੇ ਤਾਂ ਇਹਨਾਂ ਨੂੰ ਕੱਟ ਦੇਣਾ, ਜਿੱਥੋਂ ਤੱਕ ਵੀ ਕੱਟੇ ਜਾ ਸਕਦੇ। ਠੀਕ ਹੈ, ਪਹਿਲਾਂ ਆਪਾਂ 9 'ਤੇ ਕੱਟ ਲੈਣੇ ਹੈ, 9, ਇੱਧਰ ਕਿੰਨਾ ਆ ਜੂਗਾ, 21, ਫਿਰ 3 'ਤੇ ਕੱਟੇ ਜਾਣਗੇ, ਤਾਂ 3:7 ਆ ਗਿਆ। ਹੁਣ ਇਹ ਜਿਹੜੀ ਰੇਸ਼ੋ ਆਈ ਹੈ, ਐਲੀਗੇਸ਼ਨ ਆਪਾਂ ਪੈਸਿਆਂ 'ਤੇ ਲਾਇਆ ਸੀ, ਅਤੇ ਜਿਹੜੀ ਰੇਸ਼ੋ ਆਈ ਹੈ ਕੀ ਹੈ, ਸਿੱਕਿਆਂ ਦੀ। ਤਾਂ ਹੁਣ 3 ਹਿੱਸੇ ਹੈਗੇ ਆ 10 ਪੈਸੇ ਵਾਲੇ ਸਿੱਕਿਆਂ ਦੇ, ਅਤੇ 7 ਹਿੱਸੇ ਹੈਗੇ 25 ਪੈਸੇ ਵਾਲਿਆਂ ਦੇ। ਤਾਂ ਟੋਟਲ ਕਿੰਨੇ ਹਿੱਸੇ ਹੋ ਗਏ, 10। ਪਰ ਟੋਟਲ ਸਿੱਕੇ ਕਿੰਨੇ ਸੀਗੇ, ਲਿਖਿਆ ਨਾ ਕੁਸ਼ਚਨ 'ਚ, ਸਿੱਕੇ ਕਿੰਨੇ ਆ, 180। ਇਹਦਾ ਮਤਲਬ 10 ਹਿੱਸਿਆਂ ਦੀ ਵੈਲਿਊ ਹੈਗੀ ਹੈ 180 ਸਿੱਕੇ, ਤਾਂ ਇੱਕ ਹਿੱਸੇ ਦੀ ਵੈਲਿਊ ਕਿੰਨੀ ਆ ਗਈ, 18 ਸਿੱਕੇ। ਅਤੇ ਆਪਾਂ ਨੂੰ ਪੁੱਛਿਆ ਕਿਹੜੇ ਹੈ, 10 ਪੈਸੇ ਵਾਲੇ, ਅਤੇ 10 ਪੈਸੇ ਵਾਲਿਆਂ ਦੇ ਕਿੰਨੇ ਹਿੱਸੇ, 3। ਤਾਂ 3 × 18 ਇਹਦਾ ਆਂਸਰ ਆ ਜੂਗਾ, 18 × 3 ਕਿੰਨਾ ਆ ਗਿਆ, 54 ਸਿੱਕੇ। ਅਤੇ ਜੇ ਦੂਸਰੇ ਪੁੱਛੇ ਜਾਂਦੇ, ਤਾਂ ਫਿਰ ਆਪਾਂ ਟੋਟਲ 180 ਆ, ਉਹ 'ਚੋਂ 54 ਘਟਾ ਦਿਓ, ਤਾਂ ਇਹਦਾ ਆਂਸਰ ਕੀ ਆ ਜੂਗਾ, ਸੀ। ਠੀਕ ਹੈ, ਇਹਨੂੰ ਐਲੀਗੇਸ਼ਨ ਮੈਥਡ ਨਾਲ ਆਪਾਂ ਕੀਤਾ, ਅਤੇ ਉਹ ਤੁਸੀਂ ਦੇਖ ਲਓ। ਜੇ ਕਿਸੇ ਨੂੰ ਨਾ ਸਮਝ ਆਇਆ ਤਾਂ ਇੱਕ ਵਾਰ ਇਹਨੂੰ ਮਤਲਬ ਕਿ ਰਿਵਾਇੰਡ ਕਰਕੇ ਚੈੱਕ ਕਰ ਲਓ ਤੁਸੀਂ। ਨੈਕਸਟ ਨੈਕਸਟ ਆ ਗਿਆ ਜੀ, ਫਾਈਂਡ ਦਾ ਨੰਬਰ ਵਿੱਚ ਵੈਨ ਐਡ ਟੂ ਦਾ ਟਰਮਸ ਰੇਸ਼ੋ 13:28 ਮੇਕਸ ਇਟ ਇਕੁਅਲ ਟੂ 1:2। ਹੁਣ ਉਹ ਕਹਿੰਦਾ ਵੀ ਦੋ ਨੰਬਰਾਂ ਦੀ ਰੇਸ਼ੋ ਹੈਗੀ ਹੈ 13:28, ਅਤੇ ਉਹ ਕਹਿੰਦਾ ਇਹਨਾਂ ਦੋਵਾਂ ਵਿੱਚ ਆਪਾਂ ਕੀ ਜੋੜੀਏ ਕਿ ਰੇਸ਼ੋ ਹੋ ਜਾਏ 1:2। ਠੀਕ ਹੈ, ਤਾਂ ਇਹਨੂੰ ਆਪਾਂ ਕ੍ਰੋਸ ਮਲਟੀਪਲਾਈ ਨਾਲ ਹੀ ਕਰ ਲਾਂਗੇ, 13 × 2 26, ਅਤੇ 28 × 1 28, ਅਤੇ ਡਿਫਰੈਂਸ ਕਿੰਨੇ ਦਾ ਆ ਗਿਆ, 2 ਦਾ। ਫਿਰ ਜਿਹੜੀ ਆ ਨੀਚੇ ਵਾਲੀ ਰੇਸ਼ੋ ਹੈ, ਇਹਦੇ ਡਿਫਰੈਂਸ ਨਾਲ ਡਿਵਾਈਡ ਕਰ ਦਿੰਦੇ, ਇਹਦਾ ਡਿਫਰੈਂਸ ਕਿੰਨੇ ਦਾ, 1 ਦਾ, ਤਾਂ ਇਹ ਆਪਣਾ ਰਿਜ਼ਲਟ ਆ ਗਿਆ ਬਸ। ਤਾਂ 2 ਉਹ ਨੰਬਰ ਹੈ, ਸੀ ਆਪਸ਼ਨ। ਜਦੋਂ ਆਪਾਂ 13 'ਚ ਜੋੜਾਂਗੇ ਅਤੇ 28 'ਚ ਜੋੜ ਦਾਂਗੇ, ਤਾਂ ਕੱਟਣ ਤੋਂ ਬਾਅਦ ਰੇਸ਼ੋ ਕਿੰਨੀ ਬਣ ਜੂਗੀ, 1:2। ਇਹੋ ਜਿਹੇ ਕੁਸ਼ਚਨ ਨੂੰ ਬਾਏ ਆਪਸ਼ਨ ਵੀ ਕਰ ਸਕਦੇ। ਠੀਕ ਹੈ, ਬਾਕੀ ਮੈਂ ਸਮਝਾਉਣ ਲਈ ਵੀ ਤੁਹਾਨੂੰ ਦੱਸ ਦਿੰਦਾ, ਜਿਵੇਂ 13 'ਚ 2 ਜੋੜੇ ਕਿੰਨੇ ਬਣੇ, 15, ਕਿਉਂਕਿ ਐਡ ਹੀ ਕਿਹਾ ਨਾ,
28 'ਚ 2 ਜੋੜ ਤੇ ਕਿੰਨੇ ਹੋ ਗਏ 30। ਹੁਣ ਜੇ ਆਪਾਂ ਇਹਨਾਂ ਨੂੰ ਕੱਟਦੇ ਹਾਂ ਤਾਂ ਰੇਸ਼ੋ ਕਿੰਨੀ ਹੁੰਦੀ? ਉਹ ਵੀ 1:2 ਜੋ ਕੁਐਸਚਨ 'ਚ ਕਿਹਾ ਸੀ ਇਹਨਾਂ ਨੇ। ਕ੍ਰੋਸ ਮਲਟੀਪਲਾਈ ਕਰਕੇ ਡਿਫਰੈਂਸ ਲੈਣਾ, ਫਿਰ ਜਿਹੜੀ ਨੀਚੇ ਵਾਲੀ ਰੇਸ਼ੋ ਉਹਦੇ ਡਿਫਰੈਂਸ ਨਾਲ ਡਿਵਾਈਡ ਕਰਨਾ, ਉਹ ਆਪਣਾ ਆਨਸਰ ਹੋਊਗਾ। ਨੈਕਸਟ ਕੁਐਸਚਨ, ਨੈਕਸਟ ਉਹਨਾਂ ਨੇ ਕਿਹਾ ਕਿ ਦ ਸਮ ਆਫ ਟੂ ਨੰਬਰਸ ਇਜ਼ 36। ਦੋ ਨੰਬਰਾਂ ਦਾ ਜੋੜ ਹੈਗਾ 36 ਅਤੇ ਉਹਨਾਂ ਹੀ ਦੋ ਨੰਬਰਾਂ ਦਾ ਫਰਕ ਹੈਗਾ 6 ਦਾ। ਦੋ ਨੰਬਰਾਂ ਦਾ ਏ ਬੀ ਮੰਨ ਲਿਆ ਆਪਾਂ, ਏ ਅਤੇ ਬੀ ਦਾ ਜੋੜ ਆ ਗਿਆ 36, ਏ ਅਤੇ ਬੀ ਦਾ ਫਰਕ ਕਿੰਨੇ ਦਾ ਆ ਗਿਆ 6 ਦਾ। ਜੇ ਤਾਂ ਇਕੁਏਜਨ ਨਾਲ ਸੋਲਵ ਕਰਨਾ ਤਾਂ ਇਹਨਾਂ ਦੋਵਾਂ ਨੂੰ ਜੋੜ ਦਿਉ, ਆ ਮਾਈਨਸ ਪਲੱਸ ਵਾਲੇ ਕੱਟੇ ਜਾਣਗੇ ਤਾਂ 2a ਦੀ ਵੈਲਿਊ ਕਿੰਨੀ ਆ ਗਈ 36 ਅਤੇ 6 42, ਤਾਂ a ਦੀ ਵੈਲਿਊ ਕਿੰਨੀ ਆ ਗਈ ਇੱਥੋਂ 21। ਤਾਂ ਫਿਰ ਆਪਾਂ ਇਹ ਦੱਸਣਾ ਨਾ ਕਿ ਰੇਸ਼ੋ ਪੁੱਛੀ ਇਹਨਾਂ ਨੇ, ਪਰ ਇੱਥੇ ਨਾ ਟੂ ਨੰਬਰਸ ਲਿਖਤਾ, ਵੈਸੇ ਇੱਥੇ ਲਿਖਿਆ ਹੋਣਾ ਚਾਹੀਦਾ ਸੀਗਾ ਵੀ ਗ੍ਰੇਟੈਸਟ ਅਤੇ ਸਮੋਲੈਸਟ ਦੀ ਰੇਸ਼ੋ ਦੱਸੋ। ਚਲੋ ਕੋਈ ਨਹੀਂ, ਅਤੇ ਬਾਕੀ ਜੇ ਪੇਪਰ 'ਚ ਆਉਂਦਾ ਤਾਂ ਪੂਰਾ ਡੇਟਾ ਕਲੀਅਰ ਹੋਊਗਾ, ਤੁਹਾਨੂੰ ਚੰਗੀ ਤਰ੍ਹਾਂ ਮੈਨਸ਼ਨ ਹੋਊਗੀ ਇਹ ਗੱਲ। ਹੁਣ ਦੋਵਾਂ ਦਾ ਜੋੜ ਸੀਗਾ 36, ਇੱਕ ਨੰਬਰ 'ਚ ਹੈਗਾ 21, ਤਾਂ ਦੂਜੇ ਨੰਬਰ ਕਿੰਨਾ ਹੋਊਗਾ 15। ਅਤੇ ਹੁਣ ਆਪਾਂ ਏ ਰੇਸ਼ੋ ਵੀ ਕੱਢ ਦਿੰਦੇ ਫਿਰ 21:15। ਹੁਣ ਇਹਨੂੰ 3 'ਤੇ ਕੱਟੀਏ ਤਾਂ ਕਿੰਨਾ ਆ ਗਿਆ 7:5, ਜੋ ਕਿ ਆਪਣਾ ਸੈਕਿੰਡ ਆਪਸ਼ਨ। ਬਾਕੀ ਇਹਨੂੰ ਜੇ ਤੁਸੀਂ ਇਕੁਏਜਨ ਨਾਲ ਨਹੀਂ ਵੀ ਕਰਨਾ ਤਾਂ ਆਪਾਂ ਐਵੇਂ ਵੀ ਕਰ ਸਕਦੇ ਸੀ। ਮੰਨ ਲਓ ਦੋ ਨੰਬਰਾਂ ਦਾ ਜੋੜ ਹੈਗਾ 36 ਤਾਂ ਇੱਕ ਨੰਬਰ ਹੈਗਾ 6 ਜ਼ਿਆਦਾ। ਡਿਫਰੈਂਸ ਦਾ ਮਤਲਬ ਇਹੀ ਹੋਇਆ ਨਾ ਵੀ ਇੱਥੇ ਐਂ ਬਣੀ ਜਾਂਦਾ ਏ ਮਾਈਨਸ ਬੀ ਦਾ ਮਤਲਬ ਏ ਜ਼ਿਆਦਾ ਹੈ ਬੀ ਨਾਲ 6, ਤਾਂ ਆਪਾਂ ਕੀ ਕਰਦੇ ਹਾਂ ਇਹਦੇ 6 ਪਾਸੇ ਕੱਢ ਦਿੰਦੇ ਹਾਂ ਤਾਂ ਕਿੰਨਾ ਰਹਿ ਗਿਆ 30। ਇਹ ਤਾਂ ਬਰਾਬਰ ਬਰਾਬਰ ਵੰਡਿਆ ਜਾਊਗਾ, 15 ਇਹਦੇ ਕੋਲ ਆ ਗਿਆ, 15 ਇਹਦੇ ਕੋਲ, ਫਿਰ ਆ 6 ਜਿਹੜਾ ਪਾਸੇ ਕੱਢਿਆ ਸੀ ਇਹਨੂੰ ਵਾਪਸ ਦੇ ਤਾ, ਇਹ ਕਿੰਨਾ ਬਣ ਗਿਆ ਹੁਣ 21 ਅਤੇ 15। ਫਿਰ ਉਹ ਜਿਹੜੀ ਤੁਸੀਂ ਰੇਸ਼ੋ ਕੱਟੋਗੇ ਉਹੀ ਆ ਜਾਵੇਗੀ 3 ਦੇ ਭਾੜੇ। ਠੀਕ ਹੈ, ਬਿਨਾਂ ਇਕੁਏਸ਼ਨ ਤੋਂ ਕਰਨਾ ਤਾਂ ਇੱਦਾਂ ਕਰ ਸਕਦੇ ਵੀ ਦੋ ਨੰਬਰਾਂ ਜੋੜ ਅਤੇ ਦੋਵਾਂ ਦਾ ਡਿਫਰੈਂਸ। ਨੈਕਸਟ ਆ ਗਿਆ ਐਕਸ ਮਾਈਨਸ ਏ ਰੇਸ਼ੋ ਐਕਸ ਮਾਈਨਸ ਬੀ ਰੇਸ਼ੋ ਐਕਸ ਮਾਈਨਸ ਸੀ, ਤਾਂ ਉਹਨਾਂ ਨੇ ਆਪਾਂ ਨੂੰ ਰੇਸ਼ੋ ਕਿੰਨੀ ਦਿੱਤੀ ਇਕੁਅਲ 11:9:5। ਫਿਰ ਉਹਨੇ ਆਪਾਂ ਨੂੰ ਇਹ ਵੀ ਕਹਿਤਾ, ਕਹਿੰਦਾ ਐਕਸ ਜਿਹੜਾ ਹੈਗਾ ਉਹ ਇਕੁਅਲ ਹੈ ਏ ਪਲੱਸ ਬੀ ਪਲੱਸ ਸੀ ਬਟਾ 2। ਠੀਕ ਹੈ, ਇਹਨੂੰ ਮੈਂ ਤੁਹਾਨੂੰ ਦੋ ਤਰੀਕਿਆਂ ਨਾਲ ਦੱਸ ਦੂੰਗਾ, ਇੱਕ ਤਾਂ ਡਾਇਰੈਕਟ ਹੀ ਦੱਸ ਦੂੰਗਾ, ਇੱਕ ਮੈਂ ਵੈਸੇ ਸੋਲਵ ਕਰਕੇ ਵੀ ਦੱਸਦਾ ਤਾਂ ਕਿ ਤੁਹਾਨੂੰ ਐਟਲੀਸਟ ਕਨਸੈਪਟ ਜ਼ਰੂਰ ਕਲੀਅਰ ਹੋ। ਹੁਣ ਜਿਵੇਂ ਉਹਨੇ ਆਪਾਂ ਨੂੰ ਦੱਸਿਆ ਕਿ ਐਕਸ ਮਾਈਨਸ ਏ, ਆਪਾਂ ਇਹਨਾਂ ਨੂੰ ਜੋੜ ਲੈਂਦੇ ਪਹਿਲਾਂ ਤਾਂ ਐਕਸ ਮਾਈਨਸ ਏ ਪਲੱਸ ਐਕਸ ਮਾਈਨਸ ਬੀ ਪਲੱਸ ਐਕਸ ਮਾਈਨਸ ਸੀ, ਤਾਂ ਇੱਧਰੋਂ ਰੇਸ਼ੋ ਜੋੜ ਦੀ 11:9 ਕਿੰਨੇ ਹੋ ਗਏ 20, 20:5:25। ਠੀਕ ਹੈ, ਰਾਈਟ ਹੈਂਡ ਸਾਈਡ 'ਤੇ ਆਪਾਂ ਰੇਸ਼ੋ ਦਾ ਵੀ ਸਮ ਕਰਤਾ ਅਤੇ ਇੱਧਰੋਂ ਨੰਬਰਸ ਦਾ ਵੀ ਕਰ ਦਿੰਦੇ ਹਾਂ। ਐਕਸ ਕਿੰਨੇ ਵਾਰ ਆਇਆ ਇੱਥੇ? 3 ਵਾਰ, ਅਤੇ ਮਾਈਨਸ ਕੋਮਨ ਕੱਢ ਲਿਆ, ਅੰਦਰ ਕਿੰਨਾ ਰਹਿ ਜੂਗਾ ਏ ਪਲੱਸ ਬੀ ਪਲੱਸ ਸੀ, ਅਤੇ ਇਹ ਆ ਗਿਆ 25। ਹੁਣ ਇੱਥੇ ਆਪਾਂ ਨੂੰ ਇੱਕ ਉਹਨਾਂ ਨੇ ਹਿੰਟ ਦਿੱਤਾ ਹੈ, ਕਹਿੰਦੇ ਜਿਹੜਾ ਐਕਸ ਹੈ ਉਹ ਹੈਗਾ ਏ ਪਲੱਸ ਬੀ ਪਲੱਸ ਸੀ ਬਟਾ 2। ਹੁਣ ਆ 2 ਇੱਧਰ ਜਾ ਕੇ ਗੁਣਾ ਹੋ ਜੂਗਾ। ਠੀਕ ਹੈ, ਇਹ ਕੀ ਆ ਗਿਆ 2x ਬਰਾਬਰ ਆ ਗਿਆ ਏ ਪਲੱਸ ਬੀ ਪਲੱਸ ਸੀ ਦੇ। ਹੁਣ ਆਪਣੇ ਕੋਲ ਆ ਏ ਪਲੱਸ ਬੀ ਪਲੱਸ ਸੀ ਹੈ, ਇਹਦੀ ਜਗ੍ਹਾ 'ਤੇ ਆਪਾਂ ਲਿਖ ਦਿੰਦੇ ਹਾਂ 2x, ਤਾਂ ਇੱਥੇ ਆਪਣੇ ਕੋਲ ਕੀ ਆ ਗਿਆ x ਦੀ ਵੈਲਿਊ ਆ ਗਈ 25। ਠੀਕ ਹੈ, ਤਾਂ ਹੁਣ ਆਪਾਂ ਨੰਬਰ ਕੱਢਣੇ ਆ, ਉਹ ਮੰਨ ਲਓ ਏ ਰੇਸ਼ੋ ਬੀ ਰੇਸ਼ੋ ਸੀ, ਇੱਥੇ ਲਿਖਿਆ ਨਹੀਂ ਹੋਇਆ, ਦੱਸਣਾ ਆਪਾਂ ਕੀ ਸੀ ਏ ਰੇਸ਼ੋ ਬੀ ਰੇਸ਼ੋ ਸੀ ਫਾਇੰਡ ਕਰਨਾ ਸੀ। ਹੁਣ ਮੰਨ ਲਓ ਏ ਦੀ ਵੈਲਿਊ ਕੀ ਆਊਗੀ, 25 ਵਿੱਚੋਂ 11 ਘਟਾ ਦਈਏ ਤਾਂ ਬੀ ਦੀ ਵੈਲਿਊ ਕੀ ਆਊ, ਕਿਉਂਕਿ ਐਕਸ ਦੀ ਵੈਲਿਊ 25 ਹੈਗੀ ਨਾ, ਇੱਥੇ ਇਹੀ ਹੈ ਐਕਸ ਮਾਈਨਸ ਏ। ਇੱਕ ਮੈਂ ਲਿਖ ਫਿਰ ਦੱਸ ਦਿੰਦਾ, ਐਕਸ ਮਾਈਨਸ ਏ ਹੈਗਾ 11 ਦੇ ਬਰਾਬਰ, ਅਤੇ ਐਕਸ ਦੀ ਵੈਲਿਊ ਕਿੰਨੀ ਹੈ 25 ਮਾਈਨਸ ਏ ਬਰਾਬਰ 11, ਤਾਂ ਏ ਦੀ ਵੈਲਿਊ ਕਿੰਨੀ ਆ ਜੂਗੀ ਉੱਧਰ ਜਾ ਕੇ ਜਦੋਂ 11 ਘਟਣਗੇ 25 ਦੇ ਵਿੱਚੋਂ,
ਤੇ ਆ ਜੂਗੀ a ਦੀ ਵੈਲਿਊ 14। ਐ ਸੇਮ ਹੀ ਤੁਸੀਂ ਉਹ ਬਾਕੀ b ਦੀ ਵੈਲਿਊ c ਦੀ ਵੈਲਿਊ ਕੱਢ ਸਕਦੇ ਹੋ। ਤਾਂ ਇੱਕ ਮੈਂ ਇਹਦਾ ਡਾਇਰੈਕਟ ਹੀ ਮੈਥਡ ਤੁਹਾਨੂੰ ਦੱਸ ਦਿੰਦਾ। ਡਾਇਰੈਕਟ ਮੈਥਡ ਕੀ ਹੈ ਕਿ ਜਦੋਂ ਆਪਾਂ ਨੂੰ ਪਤਾ ਲੱਗ ਜੇ ਵੀ ਜਿਹੜਾ x ਦੀ ਵੈਲਿਊ ਕੀ ਹੈ a ਪਲੱਸ b ਪਲੱਸ c ਦਾ ਹਾਫ, ਮਤਲਬ ਇੱਕ ਤਰ੍ਹਾਂ ਦਾ ਇਹ ਕੀ ਹੈ ਸੈਮੀ ਪੈਰੀਮੀਟਰ। ਜੇ ਤੁਸੀਂ ਟ੍ਰਾਇੰਗਲਸ ਬਾਰੇ ਥੋੜ੍ਹੀ ਜਿਹੀ ਨੌਲੇਜ ਤੁਹਾਨੂੰ ਹੈਗੀ ਹੈ, ਜਿਵੇਂ ਇਹ 'ਚ ਸੈਮੀ ਪੈਰੀਮੀਟਰ ਹੁੰਦਾ a b c, ਤਾਂ ਇਹਦਾ ਸੈਮੀ ਪੈਰੀਮੀਟਰ ਹੁੰਦਾ a ਪਲੱਸ b ਪਲੱਸ c ਬਾਏ 2। ਤਾਂ ਉਦੋਂ ਆਪਾਂ ਕੀ ਕਰਨਾ ਹੈ, a ਦੀ ਵੈਲਿਊ ਕੀ ਆਊਗੀ b ਤੇ c ਦਾ ਪ੍ਰੋਡਕਟ ਪਲੱਸ। ਹੁਣ a ਦੀ ਵੈਲਿਊ ਕੀ ਆ ਜੂਗੀ, ਫਿਰ a ਨੂੰ ਛੱਡ ਦਿਓ, b ਤੇ c ਦਾ ਜੋੜ 9 ਤੇ 5 14, ਤੇ b ਦੀ ਵੈਲਿਊ ਕੀ ਆਊਗੀ, b ਨੂੰ ਛੱਡ ਦਿਓ, a ਤੇ c ਦਾ ਜੋੜ 11 ਤੇ 5 16, ਤੇ c ਦੀ ਵੈਲਿਊ ਕੀ ਆਊਗੀ, c ਨੂੰ ਛੱਡ ਦਿਓ, a ਤੇ b ਦਾ ਜੋੜ 11 ਤੇ 9 20। ਡਾਇਰੈਕਟ ਹੀ ਆ ਜੂਗੀ ਉਹ। ਤਾਂ ਬਾਕੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਖੋਲ ਕੇ ਵੀ ਦੱਸਤਾ ਵੀ ਐਕਚੁਅਲ 'ਚ ਕਿਵੇਂ ਬਣੂਗਾ। ਹੁਣ ਇੱਥੇ ਇਹਨੂੰ ਕੱਟ ਲਓ, ਦੋ ਦੇ ਪਹਾੜੇ 'ਤੇ ਕੱਟੇ ਜਾਣਗੇ 7 8 ਤੇ 10, ਠੀਕ ਹੈ, ਇਹ ਆ ਜੂਗੀ ਰੇਸ਼ੋ। ਡੀ ਆਪਸ਼ਨ ਆਪਣਾ ਆਨਸਰ, ਠੀਕ ਹੈ। ਆਹ ਮੈਂ ਤੁਹਾਨੂੰ ਮਤਲਬ ਇੱਕ ਤਰ੍ਹਾਂ ਨਾਲ ਸਬਜੈਕਟਿਵ ਫੋਰਮ 'ਚ ਵੀ ਦੱਸਤਾ, ਪਰ ਪੇਪਰ ਪੁਆਇੰਟ ਆਫ ਵਿਊ 'ਤੇ ਤੁਹਾਨੂੰ ਇਹ ਕੰਸੈਪਟ ਯਾਦ ਹੋਣਾ ਚਾਹੀਦਾ ਇੱਕ ਤਰ੍ਹਾਂ ਨਾਲ, ਕਿਉਂਕਿ ਪੇਪਰ ਦੇ ਵਿੱਚ ਤੁਸੀਂ ਦੇਖਿਆ ਕਿ 30 to 40 seconds 'ਚ ਆਪਾਂ ਕੁਸ਼ਚਨ ਨੂੰ ਮਤਲਬ ਕਿ ਸੋਲਵ ਕਰਨਾ ਹੁੰਦਾ, ਤਾਂ ਫਿਰ ਇਹੀ ਅਪਰੋਚ ਸਹੀ ਰਹਿੰਦੀ ਹੈ, ਕਿਉਂਕਿ ਕੁਸ਼ਚਨ ਐਜ਼ ਇਟ ਇਜ਼ ਹੀ ਆਉਂਦੇ। ਨੈਕਸਟ, ਏ ਅਪੋਨ ਬੀ ਪਲੱਸ ਸੀ ਇਜ਼ ਇਕੁਅਲ ਟੂ ਬੀ ਅਪੋਨ ਸੀ ਪਲੱਸ ਏ ਇਜ਼ ਇਕੁਅਲ ਟੂ ਸੀ ਅਪੋਨ ਏ ਪਲੱਸ। ਇਹਦੇ ਤੋਂ ਪਹਿਲਾਂ ਮੈਂ ਤੁਹਾਨੂੰ ਨਾ ਇੱਕ ਕੰਸੈਪਟ ਦੱਸਦਾ ਕਿ ਏ ਅਪੋਨ ਬੀ ਸੀ ਅਪੋਨ ਡੀ ਈ ਅਪੋਨ ਐਫ, ਠੀਕ ਹੈ। ਜੇ ਮੰਨ ਲਓ ਏ ਅਤੇ ਬੀ ਦੀ ਰੇਸ਼ੋ, ਸੀ ਅਤੇ ਡੀ ਦੀ ਰੇਸ਼ੋ, ਈ ਅਤੇ ਐਫ ਦੀ ਰੇਸ਼ੋ ਇਕੁਅਲ ਹੈ, ਤਾਂ ਫਿਰ ਜਿਹੜੇ ਇਹਨਾਂ ਦੇ ਉੱਪਰਲੇ ਨੰਬਰ ਹੈ ਜਿਵੇਂ ਨਿਊਮਰੇਟਰ ਕਹਿ ਲਓ, ਇਹਨਾਂ ਦਾ ਸਮ ਕਰ ਦਈਏ ਅਤੇ ਡਿਨੋਮੀਨੇਟਰ ਦਾ ਵੀ ਸਮ ਕਰ ਦਈਏ, ਇਹ ਵੀ ਇਹਨਾਂ ਦੇ ਇਕੁਅਲ ਹੀ ਹੋਊ, ਇਹ ਵੀ ਸੇਮ ਰੇਸ਼ੋ ਹੋਊਗੀ ਜੋ ਇੱਥੇ ਲਿਖੀ, ਠੀਕ ਹੈ। ਹੁਣ ਆਪਾਂ ਇੱਥੇ ਉਹੀ ਕੰਸੈਪਟ ਲਾ ਦਿੰਦੇ, ਇਹਨਾਂ ਨੇ ਆਪਾਂ ਨੂੰ ਕਿਹਾ ਕਿ ਏ ਅਪੋਨ ਏ ਪਲੱਸ ਬੀ ਇਕੁਅਲ ਹੈ, ਤਾਂ ਫਿਰ ਆਪਾਂ ਇਹਨਾਂ ਨੂੰ ਐਡ ਕਰ ਦਿੰਦੇ, ਉੱਪਰਲਿਆਂ ਦਾ ਜੋੜ ਅਤੇ ਨੀਚੇ ਵਾਲਿਆਂ ਦਾ ਜੋੜ, ਠੀਕ ਹੈ। ਉੱਪਰ ਤਾਂ ਕੀ ਆ ਜੂਗਾ ਏ ਬੀ ਅਤੇ ਸੀ, ਨੀਚੇ ਕੀ ਹੋਊਗਾ, ਦੋ ਵਾਰ ਏ ਹੈ ਅਤੇ ਦੋ ਵਾਰੀ ਬੀ ਹੈ ਅਤੇ ਦੋ ਵਾਰੀ ਸੀ ਹੈ, ਅਤੇ ਟੂ ਆਪਾਂ ਕੋਮਨ ਕੱਢ ਲਾਂਗੇ, ਏ ਪਲੱਸ ਬੀ ਪਲੱਸ ਸੀ, ਉੱਪਰ ਤਾਂ ਇਹ ਰਹਿ ਜੂਗਾ, ਟੂ ਕੋਮਨ ਕੱਢ ਲਿਆ, ਅੰਦਰ ਵੀ ਕੀ ਰਿਹਾ ਗਿਆ ਏ ਪਲੱਸ ਬੀ ਪਲੱਸ ਸੀ, ਇਹ ਸਾਰਾ ਕੱਟਿਆ ਜਾਊਗਾ, ਤਾਂ ਰਿਜ਼ਲਟ ਕੀ ਆ ਜੂਗਾ 1/2, ਜੋ ਆਪਸ਼ਨ ਵਿੱਚ ਨਹੀਂ ਹੈ। ਚਲੋ ਆ ਸੈਕਿੰਡ ਆਪਸ਼ਨ ਨੂੰ ਬਣਾ ਲਓ, ਵੈਸੇ ਇੱਥੇ 1 ਆਊਗਾ, ਤਾਂ ਰਿਜ਼ਲਟ ਇਹਦਾ ਕੀ ਆਊਗਾ, 1/2 ਆਊਗਾ ਆਨਸਰ, ਡੀ ਆਪਸ਼ਨ, ਠੀਕ ਹੈ। ਆਹ ਕੰਸੈਪਟ ਯਾਦ ਰੱਖਣਾ, ਜਦੋਂ ਏ ਬੀ ਦੀ ਰੇਸ਼ੋ ਅਤੇ ਸੀ ਡੀ ਦੀ ਰੇਸ਼ੋ ਅਤੇ ਈ ਰੇਸ਼ੋ ਐਫ ਇਹ ਸਾਰੀਆਂ ਇਕੁਅਲ ਹੋਣ, ਤਾਂ ਉਦੋਂ ਕੀ ਹੈ ਜਿਹੜੇ ਉੱਪਰਲੇ ਨਿਊਮਰੇਟਰਸ ਉਹਨਾਂ ਦਾ ਸਮ ਅਤੇ ਬਟਾ ਜਿਹੜੇ ਹੈਗੇ ਆ ਜਿਵੇਂ ਅੰਸ਼ ਅਤੇ ਹਰ ਕਹਿ ਦਿੰਦੇ ਨੇ ਪੰਜਾਬੀ 'ਚ, ਉਹਨਾਂ ਦਾ ਜਿਹੜਾ ਸਮ ਕਰਾਂਗੇ ਉਹ ਰੇਸ਼ੋ ਇਕੁਅਲ ਹੀ ਹੋਊਗੀ ਇਹਨਾਂ ਦੇ। ਤਾਂ ਫਿਰ ਆਪਾਂ ਇੱਥੇ ਵੀ ਕੀ ਕੀਤਾ, ਉੱਪਰਲੇ ਜੋੜ 'ਤੇ ਏ ਪਲੱਸ ਬੀ ਪਲੱਸ ਸੀ ਅਤੇ ਨੀਚੇ ਵਾਲੇ ਵੀ ਜੋੜ 'ਤੇ, ਤਾਂ ਇਹਦੇ 'ਚ ਕੀ ਹੈ, ਦੋ ਵਾਰ ਏ ਆਇਆ, ਦੋ ਵਾਰ ਬੀ ਅਤੇ ਦੋ ਵਾਰ ਸੀ, ਤਾਂ ਏ ਬੀ ਸੀ ਕੱਟਿਆ ਜਾਊਗਾ ਕੋਮਨ ਕੱਢ ਕੇ ਦੋ ਨੂੰ, ਤਾਂ ਰਿਜ਼ਲਟ ਕੀ ਆ ਗਿਆ, 1/2, ਠੀਕ ਹੈ। ਆਪਸ਼ਨ 'ਚ ਹੈ ਨਹੀਂ ਸੀਗੇ, ਬਾਏ ਮਿਸਟੇਕ। ਨੈਕਸਟ, ਇਹ ਕੁਸ਼ਚਨ ਤੁਸੀਂ ਖੁਦ ਕਰ ਲਿਓ, ਜੋ ਪਿਛਲਾ ਕੁਸ਼ਚਨ ਆਪਾਂ ਕੀਤਾ ਉਹਦੇ ਵਰਗੇ ਇਹ ਕੰਸੈਪਟ ਇਹਦਾ ਵੀ, ਤਾਂ ਉੱਪਰ ਲੈਣ ਜੋੜਾਂਗੇ ਸਿੱਧਾ, ਵੈਸੇ ਹੋ ਹੀ ਸਕਦਾ ਵਰਬਲੀ ਵੀ,
ਏ ਬੀ ਸੀ, ਨੀਚੇ ਕੀ ਆਊਗਾ ਏ ਬੀ ਸੀ, ਏ ਵੀ 3 ਵਾਰ ਆਇਆ, ਬੀ ਵੀ 3 ਵਾਰ ਅਤੇ ਸੀ ਵੀ 3 ਵਾਰ, ਅਤੇ ਫਿਰ ਇਹਦਾ ਰਿਜ਼ਲਟ ਕੀ ਆਜੂਗਾ? ਸੀ ਆਪਸ਼ਨ, ਕਿਉਂਕਿ ਉੱਪਰਲਾ ਏ ਬੀ ਸੀ ਕੱਟਿਆ ਜਾਊਗਾ। ਹੁਣ ਆ ਗਿਆ 42 ਨੰਬਰ ਕੁਸ਼ਚਨ, ਠੀਕ ਹੈ ਜੀ। ਅਤੇ ਇਹਦੇ ਵਿੱਚ ਕੀ ਹੈ, ਮਿਕਸਚਰ ਹੈਗਾ ਆਪਣੇ ਕੋਲ 99 ਲੀਟਰ ਟੋਟਲ, ਅਤੇ ਮਿਲਕ ਅਤੇ ਵਾਟਰ ਦੀ ਰੇਸ਼ੋ ਹੈਗੀ ਹੈ 5:6। ਮਿਲਕ ਅਤੇ ਵਾਟਰ, ਮਿਲਕ ਹੈਗਾ 5 ਹਿੱਸੇ ਅਤੇ ਪਾਣੀ ਹੈਗਾ 6 ਹਿੱਸੇ। ਅਤੇ ਆਪਾਂ ਨੂੰ ਪੁੱਛਿਆ ਕਿ ਇਹ ਕਹਿੰਦੇ ਵਾਟਰ ਦੱਸੋ ਕਿੰਨਾ ਹੋਊਗਾ, ਕੁਆਂਟਿਟੀ ਆਫ ਵਾਟਰ। ਕੁਸ਼ਚਨ ਜ਼ਰੂਰ ਧਿਆਨ ਨਾਲ ਪੜ੍ਹ ਲਿਆ ਕਰੋ, ਠੀਕ ਹੈ। ਹੁਣ ਇਹਦਾ ਆਪਾਂ ਰੇਸ਼ੋ ਦਾ ਜੋੜ ਕਰੀਏ ਤਾਂ ਟੋਟਲ ਕਿੰਨਾ ਬਣਦਾ? 11। ਪਰ ਐਕਚੁਅਲ 'ਚ ਕਿੰਨੀ ਕੁਆਂਟਿਟੀ ਦਿੱਤੀ ਹੋਈ ਹੈ? ਇਹਨਾਂ ਨੇ ਦਿੱਤੀ 99 ਲੀਟਰ। ਤਾਂ 11 ਦੀ ਵੈਲਿਊ ਜੇ 99 ਹੈ ਤਾਂ 1 ਦੀ ਵੈਲਿਊ ਕਿੰਨੀ ਆਊਗੀ? 9। ਤਾਂ 6 ਹਿੱਸੇ ਹੈ ਨਾ ਪਾਣੀ, ਤਾਂ 6 × 9 ਤਾਂ ਪਾਣੀ ਕਿੰਨਾ ਆ ਗਿਆ? 56 ਲੀਟਰ। ਇਹ ਆਪਸ਼ਨ ਇਹਦਾ ਆਨਸਰ ਹੈ। ਬੜਾ ਸਿੰਪਲ ਕੁਸ਼ਚਨ ਸੀ। ਨੈਕਸਟ ਇਹਦੇ 'ਚ ਉਹਨਾਂ ਨੇ ਕਿਹਾ ਜਿੰਕ ਅਤੇ ਸਿਲਵਰ ਦੀ ਅਲੋਏ ਦੇ ਵਿੱਚ ਰੇਸ਼ੋ ਹੈਗੀ ਹੈ 3:5, ਅਤੇ ਆਪਾਂ ਪਰਸੈਂਟੇਜ ਦੱਸਣੀ ਕਿਹਦੀ? ਸਿਲਵਰ ਦੀ। ਜਿੰਕ ਅਤੇ ਸਿਲਵਰ 3 ਹਿੱਸੇ ਹੈ ਅਤੇ 5 ਹਿੱਸੇ, ਅਤੇ ਟੋਟਲ ਆਪਾਂ ਕੀ ਦੱਸਣਾ? ਪਰਸੈਂਟੇਜ, ਟੋਟਲ ਪਰਸੈਂਟੇਜ ਕਿੰਨੀ ਹੁੰਦੀ ਹੈ? 100। ਅਤੇ ਆਪਾਂ ਨੂੰ ਪੁੱਛਿਆ ਕਿਹਦਾ? ਸਿਲਵਰ ਦਾ। ਹੁਣ ਆਪਾਂ ਇਹਨੂੰ ਨਾ ਐਵੇਂ ਲਿਖ ਲੈਣੇ, ਟੋਟਲ ਹਿੱਸੇ ਕਿੰਨੇ ਹੈ? 8। ਤਾਂ ਜਿੰਕ ਦਾ ਹਿੱਸਾ ਕਿੰਨਾ ਹੋਇਆ? 3/8, ਅਤੇ ਸਿਲਵਰ ਦਾ ਕਿੰਨਾ ਹੋਇਆ? 5/8। ਅਤੇ ਆਪਾਂ ਨੂੰ ਪੁੱਛਿਆ ਕਿਹਦਾ? ਸਿਲਵਰ। ਅਤੇ ਸਿਲਵਰ 3/8 ਹੈ, ਤਾਂ ਟੋਟਲ ਹੁੰਦਾ 100%, ਤਾਂ 100 ਦਾ 3/8 ਕੱਢ ਦਿਓ ਬਸ। 100 ਦਾ 3/8 ਕੱਢੋਗੇ, ਇਹ ਤੁਸੀਂ ਡਿਵਾਈਡ ਖੁਦ ਕਰ ਲਿਓ, ਤਾਂ ਇਹ ਆਜੂਗਾ 37%। ਬਾਕੀ ਪਰਸੈਂਟੇਜ ਜਦੋਂ ਚੈਪਟਰ ਆਪਾਂ ਕਰਾਂਗੇ ਨਾ, ਤਾਂ ਮੈਂ ਤੁਹਾਨੂੰ ਉਹ ਫਰੈਕਸ਼ਨ ਵੈਲਿਊਜ਼ ਯਾਦ ਹੀ ਕਰਵਾਊਂਗਾ ਕਿ 3/8 ਕਿੰਨੇ ਪਰਸੈਂਟ ਦੇ ਬਰਾਬਰ ਹੁੰਦਾ ਹੈ, 5/8 ਕਿੰਨਾ ਹੁੰਦਾ ਹੈ, 7/8 ਕਿੰਨਾ ਹੁੰਦਾ ਹੈ ਨਾ, ਸਾਰੀਆਂ ਅਲੱਗ ਅਲੱਗ ਆਪਾਂ ਨੂੰ ਯਾਦ ਕਰਨੀਆਂ ਪੈਣਗੀਆਂ, ਕਿਉਂਕਿ ਪੇਪਰ 'ਚ ਡਾਇਰੈਕਟ ਹੀ ਇਹਨਾਂ 'ਤੇ ਕੁਸ਼ਚਨ ਆ ਜਾਂਦਾ। ਉਹ ਆਪਾਂ ਜਦੋਂ ਪਰਸੈਂਟੇਜ ਦਾ ਚੈਪਟਰ ਕਰਾਂਗੇ ਤਾਂ ਚੰਗੀ ਤਰ੍ਹਾਂ ਕਰਾਂਗੇ ਉਹ ਚੀਜ਼ਾਂ। ਨੈਕਸਟ ਕੁਸ਼ਚਨ ਆ ਗਿਆ ਕਿ ਸਮ ਆਫ 3 ਨੰਬਰਸ, 3 ਨੰਬਰਾਂ ਦਾ ਜੋੜ ਕਿੰਨਾ ਹੈਗਾ? 105। ਅਤੇ ਪਹਿਲੇ ਅਤੇ ਦੂਜੇ ਨੰਬਰ ਦੀ ਰੇਸ਼ੋ 2:3 ਹੈ, ਅਤੇ ਦੂਜੇ ਅਤੇ ਤੀਜੇ ਦੀ ਰੇਸ਼ੋ ਹੈਗੀ ਹੈ 4:5, ਅਤੇ ਉਹਨਾਂ ਨੇ ਪੁੱਛਿਆ ਸੈਕਿੰਡ ਨੰਬਰ। ਆਪਾਂ 3 ਨੰਬਰ ਕੀ ਮੰਨ ਲੈਂਦੇ ਹਾਂ, ਏ ਬੀ ਅਤੇ ਸੀ, ਇਹਨਾਂ ਦਾ ਜੋੜ ਕਿੰਨਾ ਦੱਸਿਆ ਹੋਇਆ? 105, ਠੀਕ ਹੈ। ਅਤੇ ਉਹਨਾਂ ਨੇ ਆਪਾਂ ਨੂੰ ਕਿਹਾ ਕਿ ਪਹਿਲੇ ਅਤੇ ਦੂਜੇ ਦੀ ਰੇਸ਼ੋ ਕਿੰਨੀ ਹੈ? 2:3। ਫਿਰ ਕਹਿੰਦੇ ਦੂਜੇ ਅਤੇ ਤੀਜੇ ਦੀ ਰੇਸ਼ੋ ਕਿੰਨੀ ਹੈ? 4:5। ਹੁਣ ਜਿਹੜਾ ਸੈਕਿੰਡ ਨੰਬਰ ਆ ਦੋਵਾਂ 'ਚ ਕਾਮਨ ਹੈ, ਤਾਂ ਫਿਰ ਆਪਾਂ ਕੀ ਕਰਨਾ, ਇਹ ਸੇਮ ਹੋਣਾ ਚਾਹੀਦਾ ਕਿਉਂਕਿ ਨੰਬਰ ਤਾਂ ਸੇਮ ਹੀ ਹੈ ਨਾ, ਇੱਧਰ ਵੀ ਬੀ ਹੈ ਅਤੇ ਇੱਧਰ ਵੀ ਬੀ ਹੈ। ਫਿਰ ਆਪਾਂ ਇਹਨੂੰ ਸੇਮ ਕਰਨ ਲਈ ਕੀ ਕਰਾਂਗੇ, ਜਿਹੜੀ ਇੱਧਰ ਬੀ ਦੀ ਵੈਲਿਊ ਉਹਨੂੰ ਇੱਧਰ ਮਲਟੀਪਲਾਈ ਕਰ ਦਾਂਗੇ, ਅਤੇ ਜਿਹੜੀ ਆਹ ਵਾਲੀ 3 ਹੈ ਇਹਨੂੰ ਇੱਧਰ ਗੁਣਾ ਕਰ ਦਾਂਗੇ। ਹੁਣ ਆਪਣੇ ਕੋਲ ਆਜੂਗਾ ਏ ਬੀ ਅਤੇ ਸੀ, ਠੀਕ ਹੈ। ਏ ਦੀ ਵੈਲਿਊ ਕਿੰਨੀ ਆ ਗਈ? 4×2=8। ਬੀ ਦੀ ਵੈਲਿਊ 4×3=12, ਅਤੇ ਸੀ ਦੀ ਵੈਲਿਊ ਕਿੰਨੀ ਆ ਗਈ? 5×3=15। ਹੁਣ ਇਹਨੂੰ ਆਪਾਂ ਜੋੜ ਦੇਣਾ ਕਿਉਂਕਿ ਆਪਣੇ ਕੋਲ ਨੰਬਰਾਂ ਦਾ ਜੋੜ ਹੈਗਾ, ਅਤੇ ਆਪਾਂ ਰੇਸ਼ੋ ਦਾ ਜੋੜ ਕੱਢ ਲੈਣੀ। 12 ਅਤੇ 8 20, 20 ਅਤੇ 15 35, ਅਤੇ 35 ਦੀ ਵੈਲਿਊ ਕਿੰਨੀ ਹੈ? 105। ਜੇ 35 ਹਿੱਸਿਆਂ ਦੀ ਵੈਲਿਊ 105 ਹੈ ਅਤੇ ਕੱਟਾਂਗੇ ਤਾਂ 35×3 ਹੁੰਦੇ 105, 1 ਹਿੱਸੇ ਦੀ ਵੈਲਿਊ ਆ ਗਈ 3, ਅਤੇ ਸੈਕਿੰਡ ਨੰਬਰ ਪੁੱਛਿਆ ਸੀ ਸੈਕਿੰਡ ਦੇ ਕਿੰਨੇ ਹੈ? 12 ਹਿੱਸੇ, ਤਾਂ 12×3 36 ਆਪਣਾ ਆਨਸਰ ਆ ਜੂ। ਜਿਹੜਾ ਵੀ ਨੰਬਰ ਪੁੱਛਿਆ ਹੁੰਦਾ ਨਾ, ਜੇ ਥਰਡ ਪੁੱਛਿਆ ਤਾਂ 15×3, ਫਸਟ ਪੁੱਛਿਆ ਹੁੰਦਾ 8×3, ਐਜ਼ ਇਟ ਇਜ਼ ਕਰ ਲੈਂਦੇ, ਠੀਕ ਹੈ ਜੀ। ਨੈਕਸਟ ਕੁਸ਼ਚਨ ਆ ਗਿਆ ਆਪਣੇ ਕੋਲ ਮਿਕਸਚਰ ਦਾ, ਇਹ ਬੜਾ ਇੰਪੋਰਟੈਂਟ ਕਨਸੈਪਟ ਹੈ, ਠੀਕ ਹੈ।
A mixture contain milk and water in the ratio of 4:3। ਇਹਦੇ ਵਿੱਚ ਕੁਐਸਚਨ ਬੜੇ ਧਿਆਨ ਨਾਲ ਪੜ੍ਹਨ ਦਾ ਹੁੰਦਾ, ਠੀਕ ਹੈ। ਕਈ ਵਾਰੀ ਵਾਟਰ ਦੀ ਅਤੇ ਮਿਲਕ ਦੀ ਰੇਸ਼ੋ ਦੱਸੀ ਹੁੰਦੀ, ਕਈ ਵਾਰੀ ਮਿਲਕ ਅਤੇ ਵਾਟਰ ਦੀ, ਆਪਾਂ ਐਜ਼ ਇਟ ਇਜ਼ ਲਿਖਣੀ ਹੁੰਦੀ। ਹੁਣ ਮਿਲਕ ਅਤੇ ਵਾਟਰ ਦੀ ਦੱਸੀ ਕਿੰਨੀ ਹੈ, 4:3। ਫਿਰ ਉਹ ਕਹਿੰਦਾ ਜੇ ਆਪਾਂ ਇਹਨਾਂ 'ਚ 2 ਲੀਟਰ ਪਾਣੀ ਐਡ ਕਰ ਦਈਏ ਤਾਂ ਫਿਰ ਇਹ ਕਹਿੰਦਾ ਇਹ ਰੇਸ਼ੋ ਕਿੰਨੀ ਹੋ ਜਾਂਦੀ ਹੈ, 8:7। ਤਾਂ ਫਿਰ ਉਹ ਪੁੱਛਦਾ ਪਿਆ ਫਾਈਨਲ, ਕਹਿੰਦਾ ਕੁਆਂਟਿਟੀ ਦੱਸੋ ਫਾਈਨਲ। ਫਾਈਨਲ ਦਾ ਮਤਲਬ ਕੀ ਹੈ, ਬਾਅਦ ਵਾਲੀ। ਹੁਣ ਆਪਾਂ ਨੂੰ ਇਹ ਕਿਹਾ ਉਹਨੇ, ਕਹਿੰਦਾ ਪਾਣੀ ਐਡ ਕੀਤਾ ਕਿੰਨਾ, 2 ਲੀਟਰ। ਜੇ ਪਾਣੀ ਐਡ ਹੋਇਆ ਤਾਂ ਫਿਰ ਮਿਲਕ ਤਾਂ ਸੇਮ ਹੋਣਾ ਚਾਹੀਦਾ, ਮਿਲਕ ਇੱਥੇ 4 ਹੈ ਅਤੇ ਇੱਥੇ 8 ਹੈ, ਫਿਰ ਇਹਨੂੰ 4 ਨੂੰ ਵੀ 8 ਬਣਾ ਸਕਦੇ ਹਾਂ ਆਪਾਂ, ਇਹਨੂੰ ਕਾਹਦੇ ਨਾਲ ਗੁਣਾ ਕਰਾਂਗੇ, 2 ਨਾਲ। ਤਾਂ ਰੇਸ਼ੋ ਦਾ ਰੂਲ ਹੈ ਕਿ ਜੇ ਇੱਕ ਨੂੰ ਗੁਣਾ ਕਰਾਂਗੇ ਤਾਂ ਦੂਜੇ ਨੂੰ ਵੀ ਕਰਨਾ ਪੈਣਾ। ਹੁਣ ਚਾਹੇ ਇੱਥੇ 3 ਰੇਸ਼ੋਜ਼ ਹੁੰਦੀਆਂ ਤਾਂ ਤਿੰਨਾਂ ਨੂੰ ਕਰਨਾ ਪੈਣਾ ਸੀ, 2 ਹੈ ਤਾਂ 2 ਨੂੰ ਕਰਾਂਗੇ, ਠੀਕ ਹੈ। ਹੁਣ ਨਵੀਆਂ ਰੇਸ਼ੋਜ਼ ਕੀ ਬਣ ਗਈਆਂ, ਉੱਪਰ 8 ਅਤੇ 6, ਨੀਚੇ ਕਿੰਨੀਆਂ ਬਣ ਗਈਆਂ, 8 ਅਤੇ 7। ਹੁਣ ਪਹਿਲਾਂ ਦਾ ਜੋੜ ਕਿੰਨਾ ਬਣਿਆ, 14, ਅਤੇ ਬਾਅਦ ਵਾਲੇ ਦਾ ਕਿੰਨਾ ਬਣ ਗਿਆ, 15। ਹੁਣ ਆ ਪਹਿਲਾਂ ਕੀ ਸੀ, ਪਾਣੀ ਨਹੀਂ ਐਡ ਸੀ, ਪਰ ਜਦੋਂ ਪਾਣੀ ਐਡ ਹੋ ਗਿਆ ਤਾਂ ਇੱਕ ਹਿੱਸਾ ਵੱਧ ਗਿਆ, ਤਾਂ ਇੱਕ ਹਿੱਸੇ ਦੀ ਵੈਲਿਊ ਆਪਾਂ ਨੂੰ ਕੁਐਸਚਨ 'ਚ ਦੱਸੀ ਹੈ ਕਿੰਨੀ ਹੈ, 2 ਲੀਟਰ, ਕਿਉਂਕਿ ਉਹਨਾਂ ਨੇ ਕਿਹਾ ਨਾ 2 ਲੀਟਰ ਪਾਣੀ ਐਡ ਕੀਤਾ, ਕੁਐਸਚਨ ਦੀ ਸੈਕਿੰਡ ਲਾਈਨ 'ਚ ਮੈਂਸ਼ਨ ਹੈ, ਤਾਂ ਇੱਕ ਹਿੱਸੇ ਦੀ ਵੈਲਿਊ 2 ਲੀਟਰ ਹੈ। ਜੇ ਫਾਈਨਲ ਪੁੱਛਿਆ ਤਾਂ ਨੀਚੇ ਵਾਲੀ ਵੈਲਿਊ ਨਾਲ ਗੁਣਾ ਕਰਾਂਗੇ, ਤਾਂ ਇਹ 15 ਹਿੱਸਿਆਂ ਦੀ ਵੈਲਿਊ ਕਿੰਨੀ ਆ ਜਾਊਗੀ, 30 ਲੀਟਰ। ਤਾਂ ਡੀ ਆਪਸ਼ਨ ਆਪਣਾ ਆਂਸਰ ਹੈ। ਜੇ ਇਨੀਸ਼ੀਅਲ ਕਿਹਾ ਹੁੰਦਾ ਫਿਰ ਆਪਾਂ ਇਹਦੇ ਨਾਲ 14 ਨਾਲ ਗੁਣਾ ਕਰਦੇ, ਫਿਰ ਕਿੰਨਾ ਆ ਜਾਂਦਾ, 28। ਇਨੀਸ਼ੀਅਲ ਮਤਲਬ ਪਹਿਲਾਂ ਵਾਲਾ, ਫਾਈਨਲ ਮਤਲਬ ਹੁਣ ਵਾਲਾ, ਬਾਅਦ ਵਾਲਾ। ਨੈਕਸਟ ਕੁਐਸਚਨ, ਤੇ ਇਹ ਸੇਮ ਹੈ ਪਿਛਲੇ ਕੁਐਸਚਨ ਵਰਗਾ ਹੀ ਹੈ, ਇਹਨੂੰ ਕੋਲ ਪੌਜ਼ ਕਰਕੇ ਤੁਸੀਂ ਖੁਦ ਜ਼ਰੂਰ ਸੋਲਵ ਕਰਨਾ, ਬਾਕੀ ਮੈਂ ਵੀ ਸੋਲਵ ਕਰਕੇ ਦੱਸ ਦਿੰਦਾ, ਪਰ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਖੁਦ, ਕਿਉਂਕਿ ਫਿਰ ਹੀ ਗਰੋਥ ਹੋਣੀ ਹੈ, ਕਿਉਂਕਿ ਮੇਰੇ ਕਰਨ ਨਾਲ ਤੁਹਾਡਾ ਰਿਜ਼ਲਟ ਨਹੀਂ ਆਉਣਾ, ਤੁਹਾਡੇ ਕਰਨ ਨਾਲ ਰਿਜ਼ਲਟ ਆਊਗਾ, ਕਿਉਂਕਿ ਜਿੰਨੀ ਪ੍ਰੈਕਟਿਸ ਤੁਸੀਂ ਕਰੋਗੇ ਉਨੀ ਗੱਲ ਬਣਨੀ ਹੈ, ਬਸ ਸਿੰਪਲ ਜੀ ਸਿੱਧੀ ਜਿਹੀ ਗੱਲ। ਇਹਦੇ 'ਚ ਕੀ ਕਿਹਾ ਉਹਨੇ ਆਪਾਂ ਨੂੰ, ਹੁਣ ਕਹਿੰਦਾ 4 ਲੀਟਰ ਪਾਣੀ ਐਡ ਕਰਤਾ, ਠੀਕ ਹੈ ਜੀ, ਠੀਕ ਹੈ। ਫਿਰ ਕਹਿੰਦਾ ਰੇਸ਼ੋ ਕਿੰਨੀ ਹੋ ਜਾਂਦੀ ਹੈ, 3:2। ਹੁਣ ਇਹਦੇ 'ਚ ਵੀ ਪਾਣੀ ਐਡ ਕੀਤਾ, ਜੇ ਇੱਥੇ 4 ਲੀਟਰ ਦੁੱਧ ਐਡ ਹੁੰਦਾ ਫਿਰ ਆਪਾਂ ਪਾਣੀ ਨੂੰ ਸੇਮ ਕਰਨਾ, ਇਹ ਗੱਲ ਯਾਦ ਰੱਖਣੀ ਹੈ ਕਿ ਆਪਾਂ ਜਿਹੜੀ ਚੀਜ਼ ਨੂੰ ਐਡ ਕਰਦਾ ਦੂਜੀ ਵਾਲੀ ਨੂੰ ਸੇਮ ਕਰਾਂਗੇ ਜਿਹੜੀ ਐਡ ਹੀ ਨਹੀਂ ਕੀਤੀ। ਜੇ ਕਹਿੰਦਾ ਇੱਥੇ 4 ਲੀਟਰ ਦੁੱਧ ਐਡ ਕੀਤਾ ਫਿਰ ਆਪਾਂ ਕੀ ਕਰਦੇ, ਪਾਣੀ ਨੂੰ ਸੇਮ ਕਰ ਲੈਂਦੇ, ਦੋਵਾਂ ਨੂੰ 4 ਬਣਾ ਲੈਂਦੇ। ਹੁਣ ਇੱਥੇ ਕੀ ਹੈ, ਪਾਣੀ ਐਡ ਹੋਇਆ ਤਾਂ ਦੋਵਾਂ ਨੂੰ 9 ਬਣਾ ਲੈਂਦੇ ਆਪਾਂ, ਤਾਂ ਥੱਲੇ ਇੱਧਰ 9 ਬਣਾਇਆ ਜਾ ਸਕਦਾ ਨਾ 3 ਨਾਲ ਗੁਣਾ ਕਰਕੇ, ਤਾਂ ਆਪਾਂ 3 ਨਾਲ ਗੁਣਾ ਕਰ ਦਿੰਦੇ ਹਾਂ, ਪਹਿਲਾਂ ਕਿੰਨੀ ਬਣ ਗਈ, 9, 4, ਬਾਅਦ ਵਿੱਚ ਕਿੰਨੀ ਹੋ ਗਈ, 9 ਅਤੇ 6। ਤਾਂ ਪਹਿਲਾਂ ਕਿੰਨੇ ਹਿੱਸੇ ਸੀਗੇ, 9 + 4 ਟੋਟਲ 13, ਅਤੇ ਪਾਣੀ ਪਾਉਣ ਤੋਂ ਬਾਅਦ 9 + 6 ਟੋਟਲ ਹਿੱਸੇ ਕਿੰਨੇ ਹੋ ਗਏ, 15। ਤਾਂ ਕਿੰਨੇ ਹਿੱਸੇ ਵੱਧ ਗਏ ਪਾਣੀ ਨਾਲ, 2, ਪਰ ਪਾਣੀ ਪਾਇਆ ਕਿੰਨਾ, 4 ਲੀਟਰ। ਤਾਂ ਇੱਕ ਹਿੱਸੇ ਦੀ ਵੈਲਿਊ ਕਿੰਨੀ ਆ ਗਈ, 2 ਲੀਟਰ। ਤਾਂ ਹੁਣ ਉਹਨੇ ਪੁੱਛਿਆ ਕੀ ਹੈ, ਕਹਿੰਦਾ ਓਰਿਜਿਨਲ, ਓਰਿਜਿਨਲ ਮਤਲਬ ਪਹਿਲਾਂ ਵਾਲਾ, ਤਾਂ ਪਹਿਲਾਂ ਕਿੰਨੇ ਹਿੱਸੇ ਸੀਗੇ, ਟੋਟਲ 13, ਤਾਂ ਫਿਰ ਓਰਿਜਿਨਲ ਕਿੰਨਾ ਹੋ ਗਿਆ, 13 × 2, 26 ਲੀਟਰ। ਮਤਲਬ ਜਦੋਂ ਪਾਣੀ ਨਹੀਂ ਐਡ ਕੀਤਾ ਸੀ ਤਾਂ ਪਹਿਲਾਂ ਕੁਆਂਟਿਟੀ ਕਿੰਨੀ ਸੀਗੀ, 26, ਅਤੇ ਫਿਰ ਜਦੋਂ 4 ਲੀਟਰ ਉਹਨੇ ਪਾਣੀ ਐਡ ਕਰਤਾ ਫਿਰ ਕਿੰਨੀ ਹੋ ਗਈ, 30 ਆ ਬਾਅਦ ਵਾਲੀ, ਠੀਕ ਹੈ ਜੀ। ਨੈਕਸਟ, ਹੁਣ ਇਹਦੇ ਵਿੱਚ ਅੱਛਾ ਪਿਛਲੇ ਕੁਐਸਚਨ ਵਰਗੇ ਇਹ ਕੁਐਸਚਨ ਬਸ ਥੋੜ੍ਹਾ ਜਿਹਾ ਘੁਮਾ ਕੇ ਉਹਨਾਂ ਨੇ ਪੁੱਛ ਲਿਆ। ਪਿਛਲੇ ਕੁਐਸਚਨ 'ਚ ਕੀ ਸੀਗਾ, ਆਪਾਂ ਨੂੰ ਪਾਣੀ ਦੱਸਿਆ ਹੋਇਆ ਸੀ ਅਤੇ ਟੋਟਲ ਪੁੱਛਿਆ, ਹੁਣ ਇਹਦੇ ਵਿੱਚ ਕੀ ਕੀਤਾ ਉਹਨਾਂ ਨੇ, ਆਪਾਂ ਨੂੰ ਟੋਟਲ ਦੱਸਤਾ ਅਤੇ ਇਹ ਪੁੱਛਦਾ ਪਿਆ ਕਿ ਕਿੰਨਾ ਪਾਣੀ ਐਡ ਕਰੀਏ, ਹਾਊ ਮੱਚ ਵਾਟਰ ਸ਼ੁੱਡ ਬੀ ਐਡਡ। ਕੰਸੈਪਟ ਸੇਮ ਹੈ,
ਠੀਕ ਹੈ, ਬਾਕੀ ਫਿਰ ਵੀ ਮੈਂ ਕਰ ਦਿੰਦਾ ਇੱਕ ਵਾਰ, ਤੁਸੀਂ ਖੁਦ ਵੀ ਟਰਾਈ ਕਰਿਓ। ਇਹਦੇ 'ਚ ਕੀ ਹੈ, ਮਿਲਕ ਐਂਡ ਵਾਟਰ ਤਾਂ ਰੇਸ਼ੋ ਪਹਿਲਾਂ ਦੁੱਧ ਦੀ ਹੈ ਫਿਰ ਪਾਣੀ ਦੀ। ਤਾਂ ਪਹਿਲਾਂ ਕਿੰਨੇ ਹਿੱਸੇ ਦੁੱਧ ਸੀਗਾ, 6 ਅਤੇ 5 ਹਿੱਸੇ ਪਾਣੀ। ਫਿਰ ਉਹ ਕਹਿੰਦਾ ਪਾਣੀ ਪਾਉਣ ਤੋਂ ਬਾਅਦ ਇਹ ਰੇਸ਼ੋ ਬਦਲ ਕੇ ਕਿੰਨੀ ਹੋ ਜਾਂਦੀ, 2:3। ਹੁਣ ਉਹਨੇ ਟੋਟਲ ਹੀ ਦੱਸਤਾ, ਉਹ ਕਹਿੰਦਾ ਟੋਟਲ ਭਾਂਡੇ ਵਿੱਚ ਕਿੰਨਾ ਸੀਗਾ, 44 ਲੀਟਰ। ਠੀਕ ਹੈ, ਤਾਂ ਹੁਣ ਪਾਣੀ ਐਡ ਹੋਇਆ ਫਿਰ ਇਸ ਕੁਐਸਚਨ 'ਚ ਵੀ, ਤਾਂ ਫਿਰ ਆਪਾਂ ਦੁੱਧ ਨੂੰ ਸੇਮ ਕਰ ਲਾਂਗੇ। ਇੱਥੇ ਜੇ 6 ਹੈ ਤਾਂ ਇਹਨੂੰ ਵੀ 6 ਬਣਾ ਲੈਣੀ, ਕਾਹਦੇ ਨਾਲ ਗੁਣਾ ਕਰਾਂਗੇ, 3 ਨਾਲ। ਠੀਕ ਹੈ, ਪਹਿਲਾਂ ਵਾਲੀ ਰੇਸ਼ੋ ਤਾਂ ਉਵੇਂ ਰਹਿ ਜੂਗੀ 6:5, ਅਤੇ ਬਾਅਦ ਵਾਲੀ ਕਿੰਨੀ ਹੋ ਜੂਗੀ, 6:9। ਤਾਂ ਪਹਿਲਾਂ ਟੋਟਲ ਹਿੱਸੇ ਸੀਗੇ 11, ਹੁਣ ਟੋਟਲ ਹਿੱਸੇ ਪਾਣੀ ਪਾਉਣ ਤੋਂ ਬਾਅਦ ਕਿੰਨੇ ਹੋ ਗਏ, 15। ਤਾਂ 11 ਦੀ ਵੈਲਿਊ ਆਪਾਂ ਨੂੰ ਦੱਸੀ ਹੋਈ ਹੈ, 11 ਦੀ ਵੈਲਿਊ ਕਿੰਨੀ ਹੈ, 44 ਲੀਟਰ। ਤਾਂ ਇੱਕ ਹਿੱਸੇ ਦੀ ਵੈਲਿਊ ਕਿੰਨੀ ਆ ਗਈ, 4 ਲੀਟਰ। ਠੀਕ ਹੈ, ਅਤੇ 15 ਹਿੱਸਿਆਂ ਦੀ ਵੈਲਿਊ ਕਿੰਨੀ ਹੋ ਗਈ ਫਿਰ, ਪਾਣੀ ਪਾਉਣ ਤੋਂ ਬਾਅਦ ਕਿੰਨੀ ਹੋ ਗਈ, 60 ਲੀਟਰ। 44 ਲੀਟਰ ਕੋਈ ਚੀਜ਼ ਸੀਗੀ ਪਹਿਲਾਂ, ਅਤੇ ਪਾਣੀ ਪਾਉਣ ਤੋਂ ਬਾਅਦ 60 ਹੋ ਗਈ, ਤਾਂ ਫਰਕ ਕਿੰਨੇ ਦਾ ਆਇਆ, 16 ਦਾ। ਤਾਂ 16 ਲੀਟਰ ਕੀ ਹੈ ਫਿਰ, ਪਾਣੀ ਐਡ ਹੋਇਆ, ਇਹ ਆਪਸ਼ਨ ਆ ਜੂਗੀ। ਬਾਕੀ ਰੇਸ਼ੋ ਦਾ ਡਿਫਰੈਂਸ ਲੈ ਕੇ ਵੀ ਕਰ ਸਕਦੇ ਸੀ ਆਪਾਂ ਗੁਣਾ, ਵੀ 11 ਹਿੱਸਿਆਂ ਦੀ ਵੈਲਿਊ ਹੈਗੀ 44, ਇੱਕ ਹਿੱਸੇ ਦੀ ਵੈਲਿਊ ਹੈਗੀ 4, ਅਤੇ 11 ਤੋਂ 15 ਹੋਏ, ਤਾਂ ਮਤਲਬ 4 ਦਾ ਫਰਕ ਹੈ, ਅਤੇ 4 ਹਿੱਸਿਆਂ ਦੀ ਵੈਲਿਊ 4 × 4, 16। ਮਤਲਬ 60 ਕੱਢਣ ਦੀ ਲੋੜ ਨਹੀਂ ਸੀ ਪੈਣੀ, ਪਰ ਮੈਨੂੰ ਇਹ ਸੀ ਮੈਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏ, ਤਾਂ ਕਰਕੇ। ਠੀਕ ਹੈ, ਫਿਰ ਮਤਲਬ ਮੈਂ ਟੋਟਲ ਹੀ ਕੱਢ ਲਿਆ, ਅਤੇ ਟੋਟਲ ਦਾ ਆਪਾਂ ਡਿਫਰੈਂਸ ਕੀਤਾ, ਤਾਂ ਉਹ ਪਾਣੀ ਕਰਕੇ ਆਇਆ। ਹੁਣ ਇੱਥੇ ਇਹ ਯਾਦ ਰੱਖੋ ਗੱਲ, ਵੀ ਮੰਨ ਲਓ ਇੱਥੇ ਤਾਂ ਆਪਾਂ ਸਿੰਪਲ ਕਰੀ ਜਾਂਦੇ, ਪਹਿਲਾਂ 6 ਅਤੇ 5 ਸੀ, ਬਾਅਦ 'ਚ 2 ਅਤੇ 3 ਸੀ, ਤਾਂ ਹੁਣ ਮਤਲਬ ਇੱਥੇ 2 ਦੇ ਪਹਾੜੇ 'ਤੇ 6 ਬਣ ਸਕਦਾ, ਤਾਂ ਆਪਾਂ ਬਣਾ ਲਿਆ। ਮੈਂ ਇੱਥੇ ਵੈਸੇ ਲਿਖ ਦਿੰਦਾ, ਮੰਨ ਲਓ ਇਹ ਨਾ ਬਣਦਾ ਹੁੰਦਾ, ਵੀ ਪਹਿਲਾਂ ਦੁੱਧ ਅਤੇ ਪਾਣੀ ਦੀ ਰੇਸ਼ੋ ਹੁੰਦੀ 3:2, ਅਤੇ ਬਾਅਦ ਵਿੱਚ ਹੋ ਜਾਂਦੀ, ਮੰਨ ਲਓ ਇੱਥੇ ਆਪਾਂ ਲਿਖ ਦਿੰਦੇ ਹਾਂ 2 ਅਤੇ 5। ਵੈਸੇ ਮਤਲਬ ਮੈਂ ਤੁਹਾਨੂੰ ਸਮਝਾਉਣ ਲਈ ਲੈਣੀਆਂ ਵੈਲਿਊਜ਼। ਠੀਕ ਹੈ, ਹੁਣ ਮੰਨ ਲਓ ਕਹਿੰਦਾ ਪਾਣੀ ਆਪਾਂ ਐਡ ਕੀਤਾ, ਤਾਂ ਹੁਣ ਆਪਾਂ ਦੁੱਧ ਨੂੰ ਸੇਮ ਕਰਨਾ ਸੀ, ਹੁਣ ਨਾ ਹੀ ਤਾਂ 3 ਦੇ ਪਹਾੜੇ 'ਤੇ 2 ਆਉਂਦਾ, ਅਤੇ ਨਾ ਹੀ 2 ਦੇ ਪਹਾੜੇ 'ਤੇ 3, ਤਾਂ ਫਿਰ ਆਪਾਂ ਇੱਥੇ ਕਰਾਂਗੇ ਕਿਵੇਂ ਸੇਮ ਇਹਨੂੰ, ਜਿਹੜੀ ਦੁੱਧ ਦੀ ਥੱਲੇ ਵੈਲਿਊ ਹੈ ਉਹਨੂੰ ਉੱਪਰ ਗੁਣਾ ਕਰ ਦੇਣੀ, ਕਰਨਾ ਦੋਵਾਂ ਨੂੰ ਪੈਣਾ, ਜਿਹੜੀ ਉੱਪਰ ਹੈ ਉਹਨੂੰ ਥੱਲੇ ਗੁਣਾ ਕਰ ਦੇਣੀ। ਠੀਕ ਹੈ, ਇਸ ਤਰ੍ਹਾਂ ਸੇਮ ਕਰ ਲਓ। ਇੱਥੇ ਤਾਂ ਕੁਦਰਤੀ ਸੀ ਨਾ ਵੀ 6 ਆਉਂਦਾ ਸੀ 2 ਦੇ ਪਹਾੜੇ 'ਤੇ, ਆਪਾਂ ਸਿੱਧਾ 3 ਨਾਲ ਗੁਣਾ ਕਰ ਲਈਏ, ਤਾਂ ਉਵੇਂ ਹੋ ਗਿਆ। ਬਾਕੀ ਉਵੇਂ ਵੀ ਗਲਤ ਨਹੀਂ ਹੋਊਗਾ ਜੇ ਤੁਸੀਂ ਉੱਪਰ 2 ਨਾਲ ਗੁਣਾ ਕਰ ਦੋਗੇ ਥੱਲੇ 6 ਨਾਲ, ਬਸ ਸੋਚ ਕੇ ਥੋੜ੍ਹੀ ਕੈਲਕੂਲੇਸ਼ਨ ਵੱਧ ਜੂਗੀ, ਆਨਸਰ ਸਹੀ ਹੋਊਗਾ ਬਿਲਕੁਲ। ਨੈਕਸਟ ਕੁਐਸਚਨ ਹੈਗਾ ਜੀ, 2 ਪੋਜ਼ਿਟਿਵ ਨੰਬਰ ਹੈ, ਉਹਨਾਂ ਦੀ ਰੇਸ਼ੋ ਕਿੰਨੀ ਹੈ, 8:13। ਆਪਾਂ ਇੱਥੇ ਲਿਖ ਲੈਂਦੇ ਹਾਂ 2 ਨੰਬਰ ਹੈਗੇ ਜੀ, ਏ ਰੇਸ਼ੋ ਬੀ। ਫਿਰ ਉਹ ਕਹਿੰਦਾ ਸਮ ਆਫ ਦੇਅਰ ਸਕੁਏਅਰ, ਉਹਨਾਂ ਦੋਵਾਂ ਦੇ ਸਕੁਏਅਰ ਦਾ ਜੋੜ ਕਿੰਨਾ, 2097। ਠੀਕ ਹੈ, ਅਤੇ ਆਪਾਂ ਨੂੰ ਪੁੱਛਦਾ ਕੀ ਉਹ, ਕਹਿੰਦਾ ਇਹ ਦੱਸੋ ਫਿਰ ਉਹਨਾਂ ਦੋਵਾਂ ਨੰਬਰਾਂ ਦਾ ਜੋੜ ਕਿੰਨਾ। ਹੁਣ ਇਹ ਯਾਦ ਰੱਖਣਾ ਕਿ ਰੇਸ਼ੋ ਨੂੰ ਆਪਾਂ ਜਦੋਂ ਜੋੜਨਾ ਘਟਾਉਣਾ, ਤਾਂ ਉਦੋਂ ਤਾਂ ਆਪਾਂ ਸਿੱਧਾ ਜੋੜ ਘਟਾ ਸਕਦੇ ਹਾਂ, ਪਰ ਜਦੋਂ ਜਿਵੇਂ ਗੁਣਾ ਦਾ ਕੋਈ ਆਵੇ ਨਾ ਕੰਸੈਪਟ, ਹੁਣ ਸਕੁਏਅਰ ਕਰਨ ਦਾ ਮਤਲਬ ਗੁਣਾ ਹੀ ਹੋ ਗਿਆ, ਤਾਂ ਉਦੋਂ ਆਪਾਂ ਨੂੰ ਵੇਰੀਏਬਲ ਲਾਉਣਾ ਹੀ ਪਊਗਾ ਇਹਦੇ ਨਾਲ। ਠੀਕ ਹੈ, ਤਾਂ ਹੁਣ ਆਪਾਂ ਇੱਥੇ ਕੀ ਕਰਾਂਗੇ, ਇਹਨੂੰ ਮੰਨ ਲੈਂਦੇ ਹਾਂ ਫਿਰ ਆਪਾਂ 8x, ਅਤੇ ਇਹਨੂੰ ਮੰਨ ਲੈਂਦੇ ਆਪਾਂ 13x। ਜਦੋਂ ਜੋੜਨਾ ਘਟਾਉਣਾ ਤਾਂ ਸਿੱਧਾ ਘਟਾ ਸਕਦੇ ਹਾਂ ਆਪਾਂ, ਮਤਲਬ ਵੇਰੀਏਬਲ ਲਾਉਣ ਦੀ ਲੋੜ ਨਹੀਂ, ਪਰ ਜਦੋਂ ਰੇਸ਼ੋ ਦੀ ਕਿਤੇ ਗੁਣਾ ਦਾ ਕੋਈ ਗੱਲ ਆਊਗੀ, ਤਾਂ ਉਦੋਂ ਆਪਾਂ ਨੂੰ ਵੇਰੀਏਬਲ ਲਾਉਣਾ ਹੀ ਪੈਣਾ। ਤਾਂ ਹੁਣ ਆਪਾਂ ਕੀ ਕਰਾਂਗੇ, ਪਹਿਲੇ ਨੰਬਰ ਦਾ ਸਕੁਏਅਰ ਅਤੇ ਦੂਜੇ ਦਾ ਸਕੁਏਅਰ, ਇਹਦਾ ਜੋੜ। ਹੁਣ 8 ਦਾ ਸਕੁਏਅਰ ਕਿੰਨਾ ਆ ਗਿਆ, 64, x² ਬਣੂਗਾ, ਤਾਂ 13 ਦਾ ਸਕੁਏਅਰ ਆ ਗਿਆ ਕਿੰਨਾ, 169 ਸਕੁਏਅਰ ਬਣ ਗਿਆ।
ਹੁਣੇ ਦਾ ਜੋੜ ਕਰ ਦਈਏ ਆਪਾਂ, 9 ਤੇ 4 13, 6 6 12 ਤੇ ਇਹ ਕਿੰਨਾ ਹੈਗਾ 233 ਐਕਸ ਸਕੁਅਰ, ਤਾਂ ਜਿਹਦੀ ਵੈਲਿਊ ਕਿੰਨੀ ਹੈ ਇਹ ਆਪਾਂ ਨੂੰ ਦੱਸੀ ਹੋਈ। ਹੁਣ 233 ਦੇ ਪਹਾੜੇ ਤੇ ਪੂਰਾ ਪੂਰਾ ਕੱਟਿਆ ਜਾਂਦਾ ਹੋਊਗਾ, ਤਾਂ ਹੀ ਆਪਣੇ ਕੋਲ ਇਹ ਜਿਹੜੇ ਨੰਬਰ ਹੈ ਇਹਨਾਂ ਦਾ ਜੋੜ ਪੂਰਾ ਪੂਰਾ ਆਇਆ। ਹੁਣ 233 ਨੂੰ ਮੈਂ 10 ਨਾਲ ਕਰਾਂ ਤਾਂ ਇਹ ਕਿੰਨਾ ਹੋਊਗਾ 2330, ਤਾਂ ਫਿਰ ਮੈਂ ਇਹ ਦੇਖਣਾ ਲਾਸਟ ਨੰਬਰ ਨੂੰ ਮੈਂ ਕਾਹਦੇ ਨਾਲ ਗੁਣਾ ਕਰਾਂ ਕਿ 7 ਆਵੇ, 3 ਨੂੰ ਆਪਾਂ ਕਾਹਦੇ ਨਾਲ ਗੁਣਾ ਕਰੀਏ ਕਿ 7 ਆਵੇ, ਇਹ ਕਾਹਦੇ ਨਾਲ ਗੁਣਾ ਕਰਾਂਗੇ ਫਿਰ 9 ਨਾਲ, ਆਪਾਂ ਇੱਥੇ ਗੁਣਾ ਹੀ ਕਰਕੇ ਦੇਖ ਲੈਂਦੇ ਹਾਂ। ਮੰਨ ਲਓ 9 ਨਾਲ ਗੁਣਾ ਕਰੀਏ, 9 3 27, 9 3 27, 28 ਅਤੇ 29, 9 ਗੁਣਾ 2 18, 18 ਅਤੇ 2 20, ਠੀਕ ਹੈ, ਪੂਰਾ ਪੂਰਾ 9 'ਤੇ ਕੱਟਿਆ ਜਾਊਗਾ। ਤਾਂ ਇੱਥੇ ਕੀ ਆ ਗਿਆ, ਐਕਸ ਸਕੁਅਰ ਦੀ ਵੈਲਿਊ 9, ਤਾਂ ਐਕਸ ਦੀ ਵੈਲਿਊ ਕਿੰਨੀ ਆ ਗਈ 3। ਹੁਣ ਆਹ ਫਰਕ ਪੈਣਾ ਸੀਗਾ, ਕਿਉਂਕਿ ਜੇ ਆਪਾਂ ਮੰਨ ਲਓ ਇੱਥੇ ਐਕਸ ਨਾ ਲਾਇਆ ਹੁੰਦਾ ਤਾਂ ਆਪਾਂ ਇੱਕ ਰੇਸ਼ੋ ਦੀ ਵੈਲਿਊ 9 ਕੱਢ ਕੇ ਕਰ ਦੇਣਾ ਸੀ, ਜੋ ਕਿ ਗਲਤ ਸੀ। ਤਾਂ ਫਿਰ ਆਪਾਂ ਕੀ ਕੀਤਾ, ਇੱਥੇ ਵੇਰੀਏਬਲ ਲਾਇਆ, ਤਾਂ ਆਪਣੇ ਕੋਲ ਐਕਸ ਦੀ ਵੈਲਿਊ ਕਿੰਨੀ ਆ ਗਈ, ਸਕੁਅਰ ਰੂਟ ਹੋ ਕੇ 3। ਤਾਂ ਫਿਰ ਉਹਨੇ ਪੁੱਛਿਆ ਸੀ ਉਹ ਨੰਬਰਾਂ ਦਾ ਜੋੜ ਦੱਸੋ, ਤਾਂ ਇੱਕ ਨੰਬਰ ਤਾਂ ਆ ਗਿਆ 8 ਕੀ ਹੈ 24, ਦੂਜਾ ਕੀ ਆ ਗਿਆ 39, ਅਤੇ 24 ਅਤੇ 39 ਦਾ ਜੋੜ ਕਰ ਦਿਓ, ਇਹ ਕਿੰਨਾ ਆ ਗਿਆ 63, 63 ਆਪਣਾ ਆਂਸਰ ਹੈ, ਠੀਕ ਹੈ, ਬੀ ਆਪਸ਼ਨ। ਠੀਕ ਹੈ ਜੀ, ਇਹ ਸੀ ਆਪਣਾ ਅੱਜ ਦਾ ਪਾਰਟ 3 ਦਾ ਲਾਸਟ ਕੁਐਸਚਨ, ਅਤੇ ਉਮੀਦ ਹੈ ਕਿ ਤੁਹਾਨੂੰ ਪਹਿਲਾਂ ਵਾਲੀਆਂ ਜਿਹੜੀਆਂ ਆਪਾਂ ਪਾਰਟ ਬਣਾਏ ਉਹ ਵੀ ਵਧੀਆ ਲੱਗੇ ਹੋਣਗੇ। ਬਾਕੀ ਤੁਸੀਂ ਕਮੈਂਟ ਸੈਕਸ਼ਨ 'ਚ ਕੋਈ ਵੀ ਕਦੇ ਵੀ ਕੋਈ ਡਾਊਟ ਹੁੰਦਾ ਨਾ, ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਲਿਆ ਕਰੋ, ਠੀਕ ਹੈ, ਮੈਂ ਰਿਪਲਾਈ ਜ਼ਰੂਰ ਕਰੂੰਗਾ ਜਦੋਂ ਵੀ ਮੰਨ ਲਓ ਮੇਰੇ ਕੋਲ ਟਾਈਮ ਹੋਇਆ ਕਰੂਗਾ। ਤੁਹਾਡਾ ਜੋ ਵੀ ਡਾਊਟ ਹੈ ਮੈਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ ਕਿ ਮੈਂ ਉਹਨੂੰ ਜਸਟੀਫਾਈ ਕਰਾਂ ਜਿਵੇਂ ਕਿ ਤੁਹਾਨੂੰ ਸਮਝ ਆਵੇ, ਤੁਹਾਡੀਆਂ ਐਗਜ਼ਾਮਪਲਾਂ ਲੈ, ਠੀਕ ਹੈ। ਅਤੇ ਇਸ ਜੋ ਇਹ ਵਾਲਾ ਪਾਰਟ ਹੈ ਇਹਦੇ ਵੀ ਤੁਸੀਂ ਨੋਟਸ ਬਣਾ ਲਿਓ, ਕੋਸ਼ਿਸ਼ ਕਰਿਓ ਕਿ ਨੋਟਸ ਵੈਸੇ ਸਾਰੇ ਬਣਾ ਹੀ ਲਿਆ ਕਰੋ, ਕਿਉਂਕਿ ਨੋਟਸ ਬਣਾਏ ਦਾ ਇਹ ਫਾਇਦਾ ਹੋ ਜਾਂਦਾ ਕਿ ਕੱਲ੍ਹ ਨੂੰ ਤੁਸੀਂ ਜਦੋਂ ਰਿਵੀਜ਼ਨ ਕਰਨੀ ਹੈ ਨਾ, ਤਾਂ ਸਿਰਫ ਕਾਪੀ ਦੇ ਪੇਜ ਥੱਲ ਕੇ ਤੁਹਾਨੂੰ ਮਤਲਬ ਕਿ ਕਾਫੀ ਚੀਜ਼ਾਂ ਜਿਹੜੀਆਂ ਕਲੀਅਰ ਹੋ ਜਾਂਦੀਆਂ। ਨਹੀਂ ਤਾਂ ਵਾਰ ਵਾਰ ਵੀਡੀਓ ਦੇਖੋਗੇ ਤਾਂ ਵਾਰ ਵਾਰ, ਕਈ ਵਾਰ ਹੁੰਦਾ ਕਿ ਕਈ ਵਾਰ ਆਪਾਂ ਟਰੈਵਲ ਕਰਦੇ ਹੁੰਦੇ ਹਾਂ ਜਾਂ ਕਿਤੇ ਉਹੋ ਜਿਹੀ ਸਿਚੁਏਸ਼ਨ 'ਚ ਜਿੱਥੇ ਸਿਰਫ ਮਤਲਬ ਕਾਪੀ ਵਗੈਰਾ ਵੇਖਣੀ ਸੌਖੀ ਹੈ ਨਾ, ਤਾਂ ਬਾਕੀ ਆਪਦੀ ਰਿਵੀਜ਼ਨ ਹੈ ਜਿਹੜੀ ਉਹ ਜ਼ਰੂਰ ਜਾਰੀ ਰੱਖੋ, ਕਿਉਂਕਿ ਜਿੰਨੇ ਵਾਰ ਰਿਵਾਈਜ਼ ਕਰੋਗੇ ਨਾ ਹਰ ਵਾਰ ਤੁਹਾਨੂੰ ਕੋਈ ਨਾ ਕੋਈ ਚੀਜ਼ ਨਵੀਂ ਪਤਾ ਲੱਗੂਗੀ, ਤਾਂ ਓਨਾ ਹੀ ਮਤਲਬ ਤੁਸੀਂ ਕਨਸੈਪਟਸ ਆ ਜਿਹੜੇ ਉਹਨਾਂ ਨੂੰ ਡੀਪ ਤੋਂ ਸਮਝ ਪਾਓਗੇ, ਠੀਕ ਹੈ ਜੀ। ਸੋ ਇਹ ਸੀ ਆਪਣਾ ਅੱਜ ਦਾ ਪਾਰਟ ਨੰਬਰ 3, ਸੋ ਥੈਂਕ ਯੂ ਤੁਹਾਡਾ ਸਾਰਿਆਂ ਦਾ, ਅਤੇ ਬਾਕੀ ਜਿੰਨਾ ਵੀ ਜੇ ਤੁਹਾਨੂੰ ਲੱਗੇ ਤੁਹਾਨੂੰ ਬੈਨੀਫਿਟ ਹੋ ਰਿਹਾ ਤੋਂ, ਤਾਂ ਕੋਸ਼ਿਸ਼ ਕਰੋ ਕਿ ਇਹ ਚੈਨਲ ਨੂੰ ਅੱਗੇ ਵੀ ਮਤਲਬ ਸ਼ੇਅਰ ਕਰਿਆ ਕਰੋ, ਹੈ ਨਾ, ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ, ਬਾਕੀ ਇਹੀ ਮੋਟੀਵੇਸ਼ਨ ਹੁੰਦੀ ਹੈ ਇੱਕ ਐਜੂਕੇਟਰ ਦੀ। ਸੋ ਠੀਕ ਹੈ ਜੀ, ਥੈਂਕਸ ਟੂ ਆਲ।